ਸਤਨਾਮ ਸ਼੍ਰੀ ਜਿਤ ਬਿਰਤੀਆਂ ਇਕਾਗਰ ਕਰੋ। ਬਹੁਤ ਦੂਰ ਦੂਰ ਤੋਂ ਆਪ ਗੁਰੂ ਦਰਬਾਰ ਵਿੱਚ ਪਹੁੰਚੇ, ਸਾਰੇ ਸੰਸਾਰ ਦੇ ਅੰਦਰ ਅੱਜ ਦਾ ਦਿਨ ਮਹਾਨ ਦਿਨ ਕਰਕੇ ਮੰਨਿਆ ਗਿਆ। ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ, ਚਾਹੇ ਪਹਾੜਾਂ ਵਿੱਚ ਹੈ, ਚਾਹੇ ਜੰਗਲਾਂ ਵਿੱਚ ਹੈ, ਚਾਹੇ ਫੌਜਾਂ 'ਚ ਬਾਰਡਰ 'ਤੇ ਬੈਠਾ ਹੈ, ਚਾਹੇ ਕੋਈ ਅਮਰੀਕਾ 'ਚ ਹੈ, ਇੰਗਲੈਂਡ 'ਚ ਹੈ, ਜਾਂ ਕਿਸੇ ਹੋਰ ਦੇਸ਼ ਮੁਸਲਿਮ ਕੰਟਰੀਆਂ 'ਚ ਹੈ, ਅੱਜ ਉਸਦਾ ਧਿਆਨ ਉਸ ਦਿਨ ਵੱਲ ਹੈ ਜਿਸ ਦਿਨ ਗੁਰੂ ਦਸ਼ਮੇਸ਼ ਪਿਤਾ ਨੇ ਇੱਕ ਬਹੁਤ ਹੀ ਉੱਚਾ ਆਦਰਸ਼ ਸੰਸਾਰ ਦੇ ਵਿੱਚ ਲਿਆਂਦਾ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਲਯੁਗ ਮੈਂ ਸਤਯੁਗ ਵਰਤਾਉ, ਤਵੀ ਗੋਬਿੰਦ ਸਿੰਘ ਨਾਮ ਕਹਾ। ਯੁੱਗ ਚੱਲਦਾ ਹੋਵੇ ਕਲਯੁਗ ਦਾ, ਜਿਹੜੇ ਯੁੱਗ ਦਾ ਐਸਾ ਪ੍ਰਭਾਵ ਪੈ ਗਿਆ ਹੋਵੇ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਰਹੇ ਆ, ਕੂੜਾ ਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ, ਹੋਂ ਭਾਰ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਐਸਾ ਸਮਾਂ ਆ ਚੁੱਕਿਆ ਸੀ ਕਿ ਰਾਜੇ ਦਾ ਫਰਜ਼ ਹੁੰਦਾ ਹੈ ਆਪਣੀ ਰਿਆਇਆ ਨੂੰ ਪਾਲਣਾ, ਰਾਜੇ ਚੁਲੀ ਨਿਆਮ ਕੀ ਨਿਆਂ ਦੇਣਾ, ਉਹਦੀ ਰਾਖੀ ਕਰਨੀ, ਦੇਸ਼ ਦੀ ਤਰੱਕੀ ਕਰਾਉਣੀ, ਕੋਈ ਥੋੜ੍ਹਾ ਦੇਸ਼ ਵਿੱਚ ਆਪਣੇ ਰਾਜ ਵਿੱਚ ਆਉਣ ਦੇਣੀ। ਇਹਦੀ ਥਾਂ 'ਤੇ ਕੀ ਹੋਇਆ, ਰਾਜੇ ਕਸਾਈ ਬਣ ਗਏ, ਪਰਜਾ ਨੂੰ ਲੁੱਟਣ ਅਤੇ ਕੋਹਣ ਲੱਗ ਗਏ, ਬਿਲਕੁਲ ਉਲਟਾ ਵਰਤਾਰਾ ਚੱਲਿਆ, ਦੁਨੀਆ ਦੁਖੀ ਹੋ ਗਈ, ਮਨੁੱਖ ਜੰਗਲੀ ਬਣ ਗਿਆ। ਜਦੋਂ ਰਾਜਾ ਜੰਗਲੀ ਹੈ ਤਾਂ ਮਨੁੱਖ ਵੀ ਜੰਗਲੀ ਬਣ ਗਏ। ਉਸ ਵੇਲੇ ਜਿਹੜੇ ਚੰਗੇ ਗੁਣ ਹੁੰਦੇ ਨੇ ਆਦਮੀ ਦੇ ਅੰਦਰ, ਉਹ ਸਾਰੇ ਅਲੋਪ ਹੋ ਗਏ। ਕਲਯੁਗ ਦੇ ਰਾਜੇ ਕਸਾਈ ਮਹਾਤਮਾ ਭੁੱਲ ਕੇ ਗੁਰੂ ਚੇਲਿਆਂ ਦੇ ਘਰ ਫਿਰਦੇ ਨੇ, ਚੇਲੇ ਬਣਾਉਂਦੇ, ਚੇਲੇ ਸਾਜ ਵਜਾਉਂਦੇ ਨੇ, ਗੁਰੂ ਨੱਚ ਰਹੇ ਨੇ, ਮਰਿਆਦਾ ਭੰਗ ਹੋ ਗਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਇਹਦਾ ਬੰਨ ਨੂੰ ਬੰਨਿਆ, ਮਨੁੱਖ ਨੂੰ ਮਨੁੱਖ ਬਣਾਇਆ ਜਾਵੇ, ਕਿਉਂਕਿ ਸਤਯੁਗ ਦੇ ਅੰਦਰ ਜੋ ਮਨੁੱਖ ਸੀਗਾ ਉਹਦੇ ਬਾਰੇ ਮਹਾਰਾਜ ਨੇ ਲਿਖਿਆ, ਕਲਯੁਗ ਦਾ ਅਤੇ ਸਤਯੁਗ ਦੇ ਮਨੁੱਖ ਦਾ ਵਾਹਿਗੁਰੂ ਤਾਂ ਹੈ ਸਾਰੇ ਪਰਿਪੂਰਨ। ਕਈਆਂ ਦਾ ਨਿਸ਼ਚਾ ਵੀ ਕੋਈ ਐਸਾ ਥਾਂ ਹੋਣਾ ਹੈ ਜਿੱਥੇ ਵਾਹਿਗੁਰੂ ਰਹਿੰਦਾ ਹੋਣਾ ਹੈ, ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਜ਼ਰ ਲਿਆ, ਕੋਈ ਖਾਸ ਥਾਂ ਹੋਣਾ ਹੈ ਜਿੱਥੇ ਪਰਮੇਸ਼ੁਰ ਦੀ ਕਚਹਿਰੀ ਲੱਗਦੀ ਹੈ, ਜਿੱਥੇ ਰੱਬ ਬੈਠ ਕੇ ਸਾਰੇ ਸੰਸਾਰ ਨੂੰ ਰੋਜੀ ਦਿੰਦਾ ਹੈ, ਕੋਈ ਵੱਡੇ ਇੰਤਜ਼ਾਮ ਹੋਣੇ ਨੇ ਉਹਦੇ। ਮਹਾਰਾਜ ਕਹਿੰਦੇ ਨਾ ਜਾਣਨ ਵਾਲੇ ਨਾਲ ਤਾਂ ਇਹ ਹਜ਼ਾਰ ਗੁਣਾ ਚੰਗਾ, ਇਹਦਾ ਨਿਸ਼ਚਾ ਤਾਂ ਹੈ ਵੀ ਕੋਈ ਨਾ ਕੋਈ ਹੈਗਾ, ਪਰ ਇੱਕ ਨਾ ਨੂੰ ਪਤਾ ਹੈ ਵੀ ਰੱਬ ਕਿੱਥੇ ਰਹਿੰਦਾ ਅਤੇ ਪਛਾਣ ਵੀ ਹੈ ਉਹਨਾਂ ਨੂੰ, ਜਿਹਨਾਂ ਨੂੰ ਪਤਾ ਹੈ ਉਹ ਜਾਣਦੇ ਨੇ ਕਿ ਸਰੀਰ ਦੇ ਵਿੱਚ ਰੱਬ ਦਾ ਵਾਸਾ ਹੈ, ਅਬੋਰਡ ਆਫ ਦਾ ਗੋਡ ਇਹ ਸਰੀਰ ਵਿੱਚ ਹੈ, ਇਹਦੇ 'ਚ ਨੌ ਦਰਵਾਜ਼ੇ ਤਾਂ ਬਾਹਰ ਨੂੰ ਖੁੱਲ੍ਹਦੇ ਆ, ਇੱਕ ਅੰਦਰ ਨੂੰ ਖੁੱਲ੍ਹਦਾ। ਉਹ ਜੇ ਇੱਕ ਵਾਰੀ ਵੀ ਬਾਹਰ ਨੂੰ ਖੁੱਲ੍ਹ ਜਾਵੇ ਨੌ ਦਰਵਾਜ਼ਾ, ਉਸ ਵੇਲੇ ਰੂਹ ਬਾਹਰ ਨਿਕਲ ਜਾਂਦੀ ਹੈ, ਫਿਰ ਨਹੀਂ ਵਾਪਸ ਆਇਆ ਕਰਦੇ। ਉਹਦੇ ਦਰਵਾਜ਼ੇ ਦਾ ਨਾਂ ਬਰਬਰ ਅੰਦਰ ਹੈ, ਬਰਬਰ ਅੰਦਰ ਤਾਲੂ ਦੇ ਵਿੱਚ ਹੈ ਉਹ ਦਰਵਾਜ਼ਾ, ਉਹ ਬੰਦ ਰਹਿੰਦਾ ਹੈ
ਬਾਹਰ ਨੂੰ ਨਹੀਂ ਖੁੱਲ੍ਹਦਾ। ਬਾਹਰ ਨੂੰ ਖੋਲ੍ਹਣ ਦੀ ਜਾਚ ਹੈ, ਜਿਹਨੇ ਸਰੀਰ ਛੱਡਣਾ ਹੋਵੇ ਮਰਜ਼ੀ ਦੇ ਨਾਲ ਉਹ ਖੋਲ੍ਹ ਲੈਂਦਾ, ਗੁਰਮੁਖ ਆਵੇ ਜਾਏ ਨਾ। ਮਾਤਾ ਗੁਜਰੀ ਜੀ ਜਿਸ ਵਕਤ ਦੇ ਪਤਾ ਲੱਗਿਆ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਡੇ ਮੂਰਖ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਜੀ ਨੇ ਛਾਲ ਮਾਰੀ। ਉੱਚਾ ਸੀ ਬੋਝ, ਜੇ ਭਲਾ ਸਰੀਰ ਨਾ ਛੁੱਟਦਾ ਛਾਲ ਮਾਰੇ ਤਾਂ ਲੱਤਾਂ ਬਾਹਾਂ ਤਾਂ ਟੁੱਟਦੀਆਂ, ਕਿੰਨਾ ਔਖਾ ਹੁੰਦਾ ਮਾਤਾ ਜੀ ਨੂੰ। ਦੂਸਰਾ ਕਹਿੰਦਾ ਨਹੀਂ, ਟੁੱਟਣ ਵਾਲੇ ਨੂੰ ਕਿਹਾ ਤੂੰ ਹੀਰਾ ਲਿਆ ਦੇ, ਮੈਂ ਛੇਤੀ ਚੱਟ ਲਵਾਂ, ਮੇਰੀ ਮੁੰਦਰੀ ਰਹਿ ਗਈ, ਮੈਂ ਪਾ ਨਹੀਂ ਸਕੀ ਉਂਗਲੀ 'ਚ। ਉਹਨੇ ਹੀਰਾ ਲਿਆ ਜ਼ਹਿਰੀਲਾ, ਮਾਤਾ ਜੀ ਨੇ ਉਹ ਚੱਟ ਲਿਆ ਅਤੇ ਚੜ੍ਹਾਈ ਕਰ ਗਏ। ਤੀਸਰਾ ਕਹਿੰਦਾ ਇਤਿਹਾਸਕਾਰ ਵੀ ਮਾਤਾ ਜੀ ਨੇ ਜਦੋਂ ਸੁਣਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਸ ਵੇਲੇ ਪੂਰੇ ਜ਼ੋਰ ਨਾਲ ਸਿਰ ਮਾਰਿਆ ਪੱਕੇ ਮਹਿਲ 'ਚ, ਸਿਰ ਫਟ ਗਿਆ, ਉਹ ਚੜ੍ਹਾਈ ਕਰ ਗਏ। ਚੌਥਾ ਲਿਖਦਾ ਕਹਿੰਦਾ ਹਾਰਟ ਫੇਲ ਹੋ ਗਿਆ ਮਾਤਾ ਜੀ ਦਾ, ਚਾਰੇ ਗੱਲਾਂ ਨਰਮੂਲ। 300 ਸਾਲ ਹੋ ਗਿਆ, ਅਜੇ ਤੱਕ ਇਹ ਕਰੈਕਟ ਨਹੀਂ ਕਰ ਸਕੇ ਆਪਣੇ ਆਪ ਨੂੰ, ਲਿਖਾਰੀ ਹਨੇਰਾ ਪਾਈ ਜਾਂਦੇ ਨੇ, ਬੇਅੰਤ ਗੱਲਾਂ ਨੇ ਜਿਹਨਾਂ ਦਾ ਹਨੇਰਾ ਪੈ ਰਿਹਾ। ਉਹ ਇਹ ਹੈ ਕਿ ਬੰਦਗੀ ਕਰਨ ਵਾਲੇ ਨੂੰ ਪਤਾ ਲੱਗ ਜਾਂਦਾ ਵੀ 10ਵਾਂ ਦਰਵਾਜ਼ਾ ਕਿੱਥੇ ਹੈ। 11 ਦਰਵਾਜ਼ੇ ਕਹਿੰਦੇ ਨੇ, 10ਵੇਂ ਦਾ ਕੋਈ ਨਾਂ ਨਹੀਂ ਲੈਂਦਾ, ਕੱਟ ਲੈਂਦੇ ਨੇ। ਇੱਕ ਇਹਨਾਂ ਨੇ ਨਾਭੀ ਦਾ ਦਰਵਾਜ਼ਾ ਵਾਧੂ ਯੋਗੀਆਂ ਦਾ ਕਰਿਆ ਹੋਇਆ। ਉਹ 10ਵਾਂ ਦਰਵਾਜ਼ਾ ਬੜਾ ਅੰਦਰ ਨੂੰ ਤਾਂ ਨਹੀਂ ਜਾਂਦੇ, ਉਹਦੇ ਫੱਟ ਬਾਹਰ ਨੂੰ ਖੁੱਲ੍ਹਦੇ ਨੇ, ਖੁੱਲ੍ਹਦੇ ਨੇ ਇੱਕੋ ਵਾਰੀ। ਜੇ ਪ੍ਰੈਕਟਿਸ ਕਰ ਲਓ ਫਿਰ ਅੰਦਰ ਬਾਹਰ ਦੋਵਾਂ ਪਾਸਿਆਂ ਨੂੰ ਖੁੱਲ੍ਹਦੇ ਆ, ਫਿਰ ਸਰੀਰ ਦੇ ਵਿੱਚੋਂ ਨਿਕਲ ਵੀ ਸਕਦਾ, ਮੁੜ ਕੇ ਆ ਵੀ ਸਕਦਾ, ਕੋਈ ਐਸੀ ਬਾਤ ਨਹੀਂ ਹੈ। ਤੇ ਇਹਨੂੰ ਪ੍ਰਕਿਰਿਆ ਦਾ ਨਾਮ ਦਿੱਤਾ ਗਿਆ। ਜੇ ਕਿਸੇ ਸਰੀਰ ਵਿੱਚ ਜਾ ਕੇ ਵੜਨਾ ਹੋਵੇ ਤਾਂ ਇਹ ਦਰਵਾਜ਼ੇ ਇੱਥੇ ਹੀ ਨਿਕਲ ਜਾਂਦੇ ਨੇ, ਲੇਕਿਨ ਇੱਥੇ ਵੀ ਕਨੈਕਸ਼ਨ ਰੱਖਦੇ, ਦੂਜੇ ਦੇ ਸਰੀਰ 'ਚ ਵੀ ਵੜ ਜਾਂਦੇ ਨੇ। ਮਛਿੰਦਰ ਨਾਥ 14 ਸਾਲ ਰਾਜੇ ਅਮਰੂ ਦੇ ਸਰੀਰ 'ਚ ਰਿਹਾ, ਫਿਰ ਬਾਲ ਗੁੰਦਾਈ ਨੇ ਤਾਨਾ ਮਾਰਿਆ ਗੋਰਖਨਾਥ ਨੂੰ ਵੀ ਤੂੰ ਗੁਰੂ ਦਾ ਕੱਢ ਲੈ, ਆਪਣਾ ਨਰਕਾਂ 'ਚ ਫਸਿਆ ਫਿਰਦਾ। ਸੋ ਮਾਤਾ ਜੀ ਨੇ ਜਦੋਂ ਸੁਣਿਆ, ਉਸ ਵੇਲੇ ਆਪ ਇੱਕਦਮ ਸਮਾਧੀ ਸਥਿਤ ਹੋ ਕੇ ਮਰਜ਼ੀ ਦੇ ਨਾਲ ਸਰੀਰ ਛੱਡਤਾ, ਜਿਹਨੂੰ ਕਹਿੰਦੇ ਗੁਰਮੁਖ ਆਵੇ ਜਾਏ। ਸੋ ਇਹ ਲੋਕਾਂ ਨੇ ਲਿਖ ਵੀ ਗਲਤ ਦਿੱਤਾ। ਸੋ ਉਹ ਸਮਾਂ ਐਸਾ ਆ ਗਿਆ ਸੀ, 5000 ਸਾਲ ਪਹਿਲਾਂ, 5200 ਸਾਲ ਹੋ ਗਏ ਅੱਜ। ਇੱਥੇ ਇੱਕ ਰਾਜ ਸੀ ਜਿਹਨੂੰ ਪਾਂਡਵਾਂ ਦਾ ਰਾਜ ਕਹਿੰਦੇ ਨੇ, ਕੌਰਵਾਂ ਦਾ ਅਤੇ ਪਾਂਡਵਾਂ ਦਾ। ਕੌਰਵਾਂ ਨੇ ਧੱਕੇ ਨਾਲ ਦੱਬ ਲਿਆ ਸੀ, ਉਹਨਾਂ ਨੇ ਆਪਣਾ ਰਾਜ ਲੈਣ ਵਾਸਤੇ ਯੁੱਧ ਕਰਿਆ, ਮਹਾਨ ਯੁੱਧ ਕਰਿਆ, ਇਸ ਕਰਕੇ ਮਹਾਂਭਾਰਤ ਕਹਿੰਦੇ ਨੇ। ਇਹਦੇ 'ਚ ਬਚਿਆ ਨਹੀਂ ਸੀ ਕੋਈ, ਸਿਰਫ 10 ਆਦਮੀ 45 ਲੱਖ 'ਚੋਂ ਬਚੇ ਸੀ। ਉਸ ਤੋਂ ਬਾਅਦ ਪਤਨ ਸ਼ੁਰੂ ਹੋ ਗਿਆ, ਉਹ ਵੀ ਨਿਆਏ ਅਤੇ ਅਨਿਆਏ ਦਾ ਯੁੱਧ ਸੀ ਬੜਾ ਭਾਰੀ, ਸਿਰਫ 10 ਆਦਮੀ ਬਚੇ ਸੀ। ਲੇਕਿਨ ਆਦਮੀ ਜਿਹੜਾ ਸੀ ਇਹ ਗਿਰਦਾ ਚਲਿਆ ਗਿਆ, ਗਿਰਦਾ ਚਲਿਆ ਗਿਆ। ਮਹਾਰਾਜ ਕਹਿੰਦੇ ਇੰਨਾ ਬੇਪਰਵਾਹ ਹੋ ਗਿਆ ਕਿ ਰੱਬ ਨੂੰ ਇਹ ਭੁੱਲ ਗਿਆ ਰੱਬ ਕਿੱਥੇ ਰਹਿੰਦਾ। ਜਿਹਨੂੰ ਕਹਿੰਦੇ ਪਤਾ ਨਹੀਂ ਹੈ ਵੀ ਰੱਬ ਕਿੱਥੇ ਰਹਿੰਦਾ, ਉਹ ਪ੍ਰੇਤ ਹੈ, ਕਰਮੇ ਪ੍ਰੇਤ, ਜਿਹਨ ਰਾਮ ਨਾ ਪਛਾਤਾ। ਸਤਯੁਗ ਪਰਮਾਨਸ ਵਿਚਾਰੀ, ਤ੍ਰੇਤੇ ਦੁਆਪਰ ਮਾਨਸ ਵਰਤੇ ਬਿਰਲੇ ਹਮਾ ਮਾਰੀ। ਤ੍ਰੇਤੇ ਦੇ ਦੁਆਪਰ ਦੇ ਵਿੱਚ ਮਨੁੱਖ ਇਹ ਸਰੀਰ ਵਿੱਚ ਵੱਸਦਾ ਸੀ, ਪਰ ਹਉਮੈ ਵੱਧ ਗਈ ਸੀ। ਉਹ ਕਲਯੁੱਗ ਦਾ ਸਮਾਂ ਆ ਗਿਆ, ਪ੍ਰੇਤਾਂ ਦਾ ਸਮਾਂ ਆ ਗਿਆ। ਗੁਰੂਆਂ ਦੀ ਡਿਊਟੀ ਲੱਗ ਗਈ ਵੀ ਇਹ ਪ੍ਰੇਤ ਜਿਹੜੇ ਨੇ ਇਹਨਾਂ ਨੂੰ ਸਿੱਧੇ ਰਸਤੇ ਪਾਓ। ਨੌ ਪਾਤਸ਼ਾਹ ਇਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਰਹੇ ਉਪਦੇਸ਼ ਨਾਲ, ਪਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਵੀ ਸ਼ਹੀਦ ਕਰਤਾ, ਪ੍ਰੇਤਾਂ ਨੇ ਗੁਰੂ ਪੰਜਵੇਂ ਪਾਤਸ਼ਾਹ ਨੂੰ ਵੀ।
ਉਧਰੋਂ ਦਸਵੇਂ ਪਾਤਸ਼ਾਹ ਨੂੰ ਹੁਕਮ ਮਿਲਿਆ ਸੀ, ਚਾਹੇ ਤਾਂ ਤੁਮ ਧਰਮ ਵਿਸਾਰੋ, ਕਬੁੱਧ ਕਰਨ ਤੇ ਲੋਕ ਵਿਡਾਰੋ। ਨਿਰੰਕਾਰ ਨੇ ਕਿਹਾ ਤੁਸੀਂ ਜਾਓ ਉੱਥੇ ਸੰਸਾਰ 'ਤੇ, ਇਹ ਜਿਹੜੀ ਕਬੁੱਧੀ ਬਣ ਗਈ ਮਨੁੱਖ ਦੇ ਅੰਦਰ, ਇਹ ਕਰੋ ਜਾ। ਸੋ ਉਸ ਵੇਲੇ ਮਨੁੱਖ ਜੰਗਲੀ ਹੋ ਚੁੱਕਿਆ ਸੀ, ਰਾਜਾ ਜੰਗਲੀ ਹੋ ਚੁੱਕਿਆ ਸੀ। ਮਨੁੱਖ ਨੂੰ ਆਪਣੀ ਨਾ ਗੈਰਤ ਸੀ, ਨਾ ਕੋਈ ਆਪਣੇ ਫਰਜ਼ ਸਮਝਦਾ ਸੀ। 10 ਗੁਣ ਹੁੰਦੇ ਨੇ ਜਿਹੜੇ ਮਨੁੱਖ ਨੂੰ ਧਰਮੀ ਬਣਾਉਂਦੇ ਨੇ, ਹੈ ਤਾਂ 20-25, ਜ਼ਿਆਦਾ ਹੀ ਨਹੀਂ 100 ਦੇ ਕਰੀਬ ਹੈ। ਪਰ ਵੱਡੇ ਵੱਡੇ ਪਿੱਲਰ ਨੇ, ਜਿਵੇਂ ਆਹ ਖੰਭੇ ਖੜ੍ਹੇ ਨੇ, ਆਹ ਬਾਂਸ ਖੜ੍ਹੇ ਨੇ, ਇਹਨਾਂ ਨੇ ਅਸ਼ਾਮਿਆਂ ਨੇ ਚੱਕੇ ਹੋਏ ਨੇ। ਜੇ ਬਾਂਸ ਨਾ ਹੋਣ ਸਾਰਿਆਂ ਦੇ ਆਪਣੇ ਉੱਤੇ ਗਿਰ ਜਾਣਗੇ। ਇਸ ਤਰ੍ਹਾਂ ਉਹ ਜੀਵਨ ਦੇ ਵਿੱਚੋਂ ਜਿਹੜੇ ਖੰਭੇ ਸੀ ਨਾ 12-10, ਉਹ ਬਿਲਕੁਲ ਟੁੱਟ ਗਏ ਸੀ। ਧਰਮ ਫੈਲ ਗਿਆ ਸੀ, ਧਰਮ ਦਾ ਖਾਤਮਾ ਹੋ ਗਿਆ। ਉਹ ਖੰਭੇ ਹੋਇਆ ਕਰਦੇ ਨੇ, ਉਹਨਾਂ ਦਾ ਨਾਂ ਹੈ ਖਿਮਾ ਅਹਿੰਸਾ ਦਿਆ ਅੰਮ੍ਰਿਤ ਸਤ ਬਚਨ ਤਪਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। 10 ਸਮਰੇ ਨੇ ਇਹ ਜਿਹੜੇ ਧਰਮ ਦੇ ਨੇ। ਪਹਿਲਾ ਹੈ ਖਿਮਾ ਕਰਦੇ ਨੇ, ਆਪਣੇ ਵਿੱਚ ਜ਼ੋਰ ਹੈ ਉਜਾੜ ਸਕਦੇ ਹੋ, ਜ਼ੋਰ ਨਾ ਦਿਖਾਉਣਾ, ਉਹਨੂੰ ਸਿੱਧੇ ਰਸਤੇ ਪਾ ਦੇਣਾ ਉਜਾੜਨਾ ਨਾ। ਦੂਸਰਾ ਹੁੰਦਾ ਅਹਿੰਸਾ, ਕਿਸੇ ਨੂੰ ਦੁੱਖ ਨਾ ਦੇਣਾ, ਨਾ ਬਚਨ ਨਾਲ ਦੁੱਖ ਦੇਣਾ, ਨਾ ਸਰੀਰਕ ਤੌਰ 'ਤੇ ਦੁੱਖ ਦੇਣਾ, ਨਾ ਮਾਨਸਿਕ ਤੌਰ 'ਤੇ, ਨਾ ਬੁੱਧੀ ਦੇ ਨਾਲ, ਨਾ ਕੋਈ ਚਿਰੇ ਕੱਟ ਗਏ। ਦਇਆ ਜਿਹੜੀ ਹੈ ਇਹਦਾ ਧਰਮ ਪੈਦਾ ਹੁੰਦਾ, ਧੌਲ ਧਰਮ ਦਇਆ ਕਾਬੂ। ਮਿੱਠੇ ਬਚਨ ਸੱਤ ਦਾ ਜੀਵਨ, ਜੋ ਅੰਦਰ ਉਹ ਬਾਹਰ। ਤਪ ਸੇਵਾ ਦਾਨ, ਆਪਣੀ ਕਮਾਈ 'ਚੋਂ ਕੱਢਣਾ ਦੂਸਰੇ ਦੇ ਨਿਰਵਾਹ ਵਾਸਤੇ, ਫਾਇਦੇ ਵਾਸਤੇ। ਸ਼ੀਲ ਕਹਿੰਦੇ ਨੇ ਕਰੈਕਟਰ, ਕਰੈਕਟਰ ਦੇ ਗੁਣ 27-28 ਹੁੰਦੇ ਨੇ। ਕੌੜਾ ਨਾ ਬੋਲਣਾ, ਵਚਨ ਕਰਕੇ ਖਿਸਕਣਾ ਨਾ, ਹੱਠ ਨਾ ਕਰਨਾ ਕਿਸੇ ਚੀਜ਼ ਉੱਤੇ, ਆਪਣੇ ਆਪ ਨੂੰ ਸੁੱਚਾ ਰੱਖਣਾ, ਰਿਸ਼ਵਤਾਂ ਨਾ ਲੈਣੀਆਂ, ਧੋਖੇ ਨਾ ਦੇਣੇ, ਬਹੁਤ ਨੇ 28 ਗੁਣ ਗਿਣੇ ਹੋਏ ਨੇ ਸਿਆਣਿਆਂ ਨੇ। ਇਹਨੂੰ ਸ਼ੀਲ ਕਹਿੰਦੇ ਨੇ, ਕਰੈਕਟਰ। ਫਿਰ ਸੋਚ ਹੁੰਦੀ ਹੈ ਪਵਿੱਤਰਤਾ, ਰਸਨਾ ਦੀ ਪਵਿੱਤਰਤਾ ਹੈ ਕਿ ਕਦੇ ਵੀ ਝੂਠ ਨਾ ਬੋਲੇ, ਛਲ ਕਪਟ ਦੀ ਗੱਲ ਨਾ ਕਰੇ। ਸਰੀਰ ਦੀ ਪਵਿੱਤਰਤਾ ਹੈ ਬਦਬੂ ਤੋਂ ਬਚਾ ਕੇ ਰੱਖਣਾ। ਮਨ ਦੀ ਪਵਿੱਤਰਤਾ ਹੈ ਕਿ ਇਹਦੇ ਨਾਲ ਗੰਦੇ ਫਟਕੁੰਦੇ ਨਾ ਕਰਨੇ। ਬੁੱਧੀ ਦੀ ਪਵਿੱਤਰਤਾ ਹੈ ਕਿ ਸਹੀ ਗੱਲ ਸੋਚਣੀ, ਮਾੜੀ ਗੱਲ ਵੱਲ ਧਿਆਨ ਨਾ ਦੇਣਾ। ਤ੍ਰਿਸ਼ਨਾ ਦਾ ਉਲਟ ਹੁੰਦਾ ਸੰਤੋਖ, ਯਥਾ ਲਾਭ ਸੰਤੁਸ਼ਟ। ਮਿਹਨਤ ਕਰਨੀ ਜੀ ਭਰ ਕੇ, ਜੋ ਕੁਛ ਮਿਹਨਤ ਕਰਨ ਤੋਂ ਬਾਅਦ ਪ੍ਰਾਪਤ ਹੋ ਗਿਆ ਉਹਦੇ ਉੱਤੇ ਸੰਤੋਖ ਧਾਰਨ ਕਰਨਾ। ਫਿਰ ਹੋਇਆ ਕਰਦਾ ਹੈ ਬਣ ਕੇ ਛਕਣਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇਹ ਮਨੁੱਖ ਵਿੱਚੋਂ ਨਿਕਲ ਗਈਆਂ ਸੀ ਟੋਟਲੀ। ਗੁਰੂ ਸਾਹਿਬ ਨੇ ਇਹ ਚੀਜ਼ਾਂ ਮਨੁੱਖ ਦੇ ਵਿੱਚ ਪ੍ਰਵੇਸ਼ ਕਰਨੀਆਂ ਸੀ। ਗੁਰੂ ਦਸਵੇਂ ਪਾਤਸ਼ਾਹ ਨੇ 10 ਜਾਮਿਆਂ ਤੱਕ ਬਾਣੀ ਦੇ ਨਾਲ ਇਹ ਮਨ ਦੀ ਸੁਧਾਈ ਹੁੰਦੀ ਰਹੀ, ਤਰੱਕੀ ਹੁੰਦੀ ਰਹੀ। ਪਰ ਇਹ ਕੋਈ ਐਸਾ ਕ੍ਰਿਸ਼ਮਾ ਗੁਰੂ ਦਸਵੇਂ ਪਾਤਸ਼ਾਹ ਚਾਹੁੰਦੇ ਸੀ ਵੀ ਇਮੀਡੀਏਟਲੀ ਆਦਮੀ ਬਦਲ ਜਾਵੇ, ਉਹਦੇ ਪੁਰਾਣੇ ਸੰਸਕਾਰ ਟੁੱਟ ਜਾਣ, ਨਵੇਂ ਉਹਦੇ ਵਿੱਚ ਆ ਜਾਣ, ਅਤੇ ਕੋਈ ਐਸਾ ਮਨੁੱਖ ਬਣਾ ਦਿੱਤਾ ਜਾਵੇ ਬਿਨੋ ਬਰਮ ਗਿਆਨ ਹੋਵੇ, ਪਤਾ ਹੋਵੇ ਵੀ ਹਰ ਥਾਂ ਦੇ ਉੱਤੇ ਵਾਹਿਗੁਰੂ ਹੈ, ਮਨ ਸਾਚਾ ਮੁਖ ਸਾਚਾ ਸੋਏ,
ਅਵਰ ਨਾ ਭੇਖਾ ਇੱਕ ਦਿਨ ਕੋਈ ਨਾਨਕੇ ਲੱਛਣ ਬਰਮ ਗਿਆਨੀ ਹੋਏ। ਆਪਣੇ ਅੰਦਰ ਵੀ ਪਤਾ ਹੋਵੇ ਮੇਰੇ ਅੰਦਰ ਵਾਹਿਗੁਰੂ ਦਾ ਵਾਸਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਫਿਰ ਆਤਮ ਰਸੀਆ ਹੋਵੇ, ਗੱਲਾਂ ਬਾਤਾਂ ਦਾ ਗਿਆਨੀ ਨਾ ਹੋਵੇ, ਆਤਮਾ ਦੇ ਰਸ ਨੂੰ ਮੰਨਣ ਵਾਲਾ ਹੋਵੇ, ਫਿਰ ਸੂਰਮਾ ਹੋਵੇ, ਡਰਪੋਕ ਨਾ ਹੋਵੇ, ਨਾ ਕਿਸੇ ਨੂੰ ਭੈ ਦੇਣ ਜਾਣਦਾ ਹੋਵੇ, ਨਾ ਕਿਸੇ ਤੋਂ ਖਾਂਦਾ ਹੋਵੇ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਗਿਆ ਅਤੇ ਨਿੰਦਿਆ ਤ੍ਰਿਸ਼ਨਾ ਆਸਰੀ ਸੰਪਰਦਾਵਾਂ ਨੇ ਸਾਰੀਆਂ ਵਾਸ਼ਨਾ, ਆਸਾ ਹੈ, ਅੰਦੇਸ਼ਾ ਹੈ, ਇਹ ਸਾਰੀਆਂ ਨੂੰ ਅੰਦਰੋਂ ਕੱਢਣ ਦੀ ਸਮਰੱਥਾ ਰੱਖਣ ਵਾਲਾ ਹੋਵੇ, ਭੁੱਲ ਕੇ ਵੀ ਇਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਾ ਦੇਵੇ, ਫਿਰ ਸੱਤ ਦਾ ਜੀਵਨ ਹੋਵੇ, ਲੋਕ ਵਿਸ਼ਵਾਸ ਕਰਦੇ ਹੋਣ। ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਇੱਕ ਮੁਕੱਦਮਾ ਆ ਗਿਆ ਮੁਲਤਾਨ ਦੇ ਸੂਬੇਦਾਰ ਕੋਲ, ਭਾਈ ਤਾਰਾ ਉੱਥੇ ਇੱਕ ਵੱਡਾ ਬਿਜ਼ਨਸਮੈਨ ਸੀ, ਉਹਦੇ ਨਾਲ ਉੱਥੇ ਦਾ ਜਿਹੜਾ ਐਸ ਪੀ ਸੀ ਉਹ ਲੱਗਦਾ ਸੀ, ਉਹਨੂੰ ਕੋਤਵਾਲ ਕਹਿੰਦੇ ਹੁੰਦੇ। ਉੱਥੇ ਇੱਕ ਡਾਕਾ ਪੈ ਗਿਆ, ਇੱਕ ਬੰਦੇ ਨੇ ਕਿਹਾ ਵੀ ਮੈਂ ਜਾਣਦਾ ਭਾਈ ਤਾਰਾ ਸੀ, ਉਹ ਭਾਈ ਤਾਰਾ ਹੋਈ ਸੀ ਮੁਲਤਾਨ ਦੇ ਵਿੱਚ, ਉਹਨੂੰ ਫੜ ਲਿਆ। ਕੋਤਵਾਲ ਨੇ 80 ਗਵਾਹੀਆਂ ਉਹਦੇ ਖਿਲਾਫ ਦਵਾ ਦਿੱਤੀਆਂ, ਸ਼ਨਾਖਤ ਕਰਾਤੀ ਵੀ ਆਈ ਹੈ ਜਿਹਨੇ ਡਾਕਾ ਮਾਰਿਆ, 80 ਬੰਦਿਆਂ ਨੇ ਕਹਿਤਾ। ਉਹ ਨਵਾਬ ਜਿਹੜਾ ਸੀ ਉਹ ਕੁਛ ਸੁੱਚਾ ਸੀ, ਉਹਨੂੰ ਸ਼ਰਧਾ ਸੀ ਸਿੱਖਾਂ ਦੇ ਉੱਤੇ, ਉਹ ਕਹਿੰਦਾ ਸਿੱਖ ਝੂਠ ਨਾ ਕਦੇ ਹੀ ਬੋਲੇਗਾ, ਨਾ ਡਾਕੇ ਮਾਰੇਗਾ, ਇਹਦਾ ਕਰੈਕਟਰ ਹੀ ਇੰਨਾ ਉੱਚਾ ਹੈ, ਇਹਦਾ ਫਰਿਸ਼ਤਾ ਹੈ। ਅਤੇ ਉਹ ਜਿਹੜਾ ਕਾਜੀ ਹੈ, ਜੱਜ ਹੈ, ਉਹ ਵਾਰ ਵਾਰ ਕਹਿੰਦਾ ਵੀ ਨਵਾਬ ਸਾਹਿਬ ਫੈਸਲਾ ਕਰੋ, ਕਿਉਂਕਿ ਉਹਨੇ ਲਿਖਤਾ ਸੀ ਵੀ ਇਹਨੂੰ ਸਜ਼ਾ ਮੈਦਾਨ ਦੇ ਵਿੱਚ ਗੱਡ ਕੇ ਧਰਤੀ 'ਚ ਦਹੀਂ ਲਾ ਕੇ ਬੋਡੀ ਨੂੰ ਕੁੱਤਿਆਂ ਤੋਂ ਪੜਵਾਉਣਾ, ਕੁੱਤੇ ਉਹ ਸਪੈਸ਼ਲ ਟ੍ਰੇਨ ਕਰੇ ਜਾਂਦੇ। ਉਹ ਨਵਾਬ ਨਹੀਂ ਸੀ ਫੈਸਲਾ ਕਰ ਰਿਹਾ, ਉਹ ਕਹਿੰਦਾ ਕਾਜੀ ਸਾਹਿਬ ਠੀਕ ਹੈ, 80 ਗਵਾਹੀਆਂ ਇੱਕ ਪਾਸੇ ਆ ਗਈਆਂ, ਪਰ ਇਹਦੀ ਗਵਾਹੀ ਜਿਹੜੀ ਅਸਲੀ ਹੈ ਨਾ, ਇਹ ਗੁਰੂ ਦਾ ਸਿੱਖ ਹੈ, ਇਹ ਕਦੇ ਝੂਠ ਨਹੀਂ ਬੋਲੂਗਾ, ਗੁਰੂ ਦਾ ਸਿੱਖ, ਕਦੇ ਛਲ ਨਹੀਂ ਕਰੇਗਾ, ਕਦੇ ਡਾਕਾ ਨਹੀਂ ਮਾਰੇਗਾ, ਕਦੇ ਕਿਸੇ ਦਾ ਬੁਰਾ ਨਹੀਂ ਚਿਤਵੇਗਾ। ਇਹਨਾਂ ਦੇ ਗੁਰੂ ਨੂੰ ਤਾਂ ਇਹਨਾਂ ਫਰਿਸ਼ਤੇ ਪੈਦਾ ਕਰੇ ਨੇ ਦੂਸਰਿਆਂ ਵਾਸਤੇ, ਇਹਨੂੰ ਮੈਂ ਕਿਵੇਂ ਡਾਕੂ ਮੰਨ ਲਵਾਂ। 3 ਮਹੀਨੇ ਮੁਕੱਦਮੇ ਦਾ ਫੈਸਲਾ ਨਾ ਹੋਇਆ, ਨਵਾਬ ਦੇ ਟੇਬਲ 'ਤੇ ਫਾਇਲ ਪਏ ਨੇ। ਅਖੀਰ ਜਦ ਬਹੁਤ ਹੀ ਪ੍ਰੈਸ਼ਰ ਪਾਇਆ, ਉਹ ਕਹਿੰਦਾ ਵੀ ਭਾਈ ਤਾਰੇ ਤੂੰ ਕੋਈ ਇੱਕ ਅੱਧੀ ਗਵਾਹੀ ਤਾਂ ਵੀ ਪੇਸ਼ ਕਰ, ਕਹਿਣ ਲੱਗਿਆ ਨਵਾਬ ਸਾਹਿਬ ਮੈਂ ਕੀ ਪੇਸ਼ ਕਰਾਂ, ਇਹ ਕੋਤਵਾਲ ਸਾਹਿਬ ਬਹੁਤ ਤਕੜੇ ਨੇ, ਡਰਦਾ ਮਾਰਾ ਕੋਈ ਆ ਨਹੀਂ ਸਕਦਾ, ਮੇਰੀ ਗਵਾਹੀ ਤਾਂ ਮੇਰਾ ਗੁਰੂ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਤਰੀਕ ਰੱਖ ਦਿੱਤੀ ਗਈ, ਉਸ ਦਿਨ ਨਵਾਬ ਨੇ ਫੈਸਲਾ ਕਰਨਾ ਸੀ, ਕਾਨੂੰਨ ਦੇ ਮੁਤਾਬਕ ਫੈਸਲਾ ਸੀ ਵੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਵੇ। ਜਿਸ ਵਕਤ ਨਵਾਬ ਫਾਈਲ ਲੈ ਕੇ ਬੈਠਿਆ, ਇਹ ਆਪਣੇ ਗੁਰੂ ਦੇ ਨਾਲ ਲਿਪ ਜੋੜ ਕੇ ਬੈਠਾ, ਇਹ ਪਾਤਸ਼ਾਹ ਤੂੰ ਤਾਂ ਜਾਣਦਾ ਮੈਂ ਚੋਰ ਨਹੀਂ ਹਾਂ, ਮੈਂ ਡਾਕੂ ਨਹੀਂ ਹਾਂ, ਮੇਰੇ ਤਾਂ ਨਜਾਇਜ਼ ਇਲਜ਼ਾਮ ਲੱਗ ਰਿਹਾ। ਉਸੇ ਵੇਲੇ ਕੀ ਕਹਤਵ ਵਰਤਿਆ, ਉਹ ਕਾੜਾ ਮੁਲਤਾਨ ਦੇ ਭਰੇ ਹੈ, ਉੱਥੋਂ ਇੱਕ ਸਾਰਣੀ ਸਵਾਰ ਪਰਵਾਨਾ ਲੈ ਕੇ ਆਇਆ। ਨਵਾਬ ਨੇ ਇਹਦੇ ਫੈਸਲਾ ਨਹੀਂ ਕਰਿਆ, ਫਾਈਲ ਚੱਕੀ ਹੋਈ ਹੈ, ਲੇਕਿਨ ਉਹਨੇ ਆ ਕੇ ਉਹ ਕਾਗਜ਼ ਰੱਖਤਾ। ਨਵਾਬ ਨੇ ਬੜੇ ਹੈਰਾਨ ਹੋ ਗਿਆ, ਕਹਿੰਦਾ ਦੱਸ ਕੋਤਵਾਲ ਨੂੰ ਬੁਲਾ ਲਿਆ। ਉਹਦੇ 'ਤੇ ਲਿਖਿਆ ਹੋਇਆ ਕਿ ਨਵਾਬ ਸਾਹਿਬ ਤਾਰਾ ਡਾਕੂ ਫੜਿਆ ਗਿਆ, ਇਹਨੇ ਇਕਬਾਲ ਕਰ ਲਿਆ ਕਿ ਮੁਲਤਾਨ ਵੀ ਮੈਂ ਹੀ ਡਾਕਾ ਮਾਰਿਆ ਸੀ, ਪਰ ਤੁਹਾਡੀ ਕੈਦ ਦੇ ਵਿੱਚ 3 ਮਹੀਨੇ ਤੋਂ ਇੱਕ ਕੋਈ ਗੁਰੂ ਦਾ ਸਿੱਖ ਤਾਰਾ ਕੈਦ ਹੈ, ਅਤੇ ਉਹਨੂੰ ਨਜਾਇਜ਼ ਨਾ ਕਿਤੇ ਸਜ਼ਾ ਦੇ ਦਿਓ, ਉਹ ਮੈਂ ਭੇਜ ਰਿਹਾ ਜਲਦੀ ਤੁਹਾਡੇ ਪਾਸ।
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਸਿੱਖਾਂ ਦਾ ਜੀਵਨ ਬਹੁਤ ਉੱਚਾ ਚੱਕਦਾ ਸੀ। ਇੰਨੀ ਜਿਹੜੇ ਦੂਜੇ ਧਰਮਾਂ ਵਾਲੇ ਵੀ ਸੀਗੇ ਉਹ ਵੀ ਇਸ ਗੱਲ ਨੂੰ ਮੰਨਦੇ ਸੀ ਕਿ ਗੁਰੂ ਦਾ ਸਿੱਖ ਝੂਠ ਨਹੀਂ ਬੋਲਦਾ, ਗੁਰੂ ਦਾ ਸਿੱਖ ਕਦੇ ਵਿਚਾਰੀ ਨਹੀਂ ਹੋ ਸਕਦਾ, ਪਰ ਇਸਤਰੀ ਨੂੰ ਮਾਂ ਭੈਣ ਸਮਝਦਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਗੱਲ ਇਹ ਕਦੇ ਨਜਾਇਜ਼ ਗੱਲ ਨਹੀਂ ਕਰ ਸਕਦਾ, ਇਹ ਚੁਗਲੀ ਨਹੀਂ ਕਰ ਸਕਦਾ, ਨਿੰਦਿਆ ਨਹੀਂ ਕਰ ਸਕਦਾ। ਉਹ ਟਾਵੇਂ ਟਾਵੇਂ ਸਿੱਖਾਂ ਦੇ ਵਿੱਚ ਇਹ ਚੀਜ਼ ਆ ਗਈ ਸੀ, ਇਹ ਬਲੌਕ ਨਹੀਂ ਸੀ ਆਈ ਸਾਰਿਆਂ ਦੇ ਅੰਦਰ। ਸੋ ਗੁਰੂ ਮਹਾਰਾਜ ਇਹ ਚਾਹੁੰਦੇ ਸੀ ਕਿ ਐਸਾ ਮੈਂ ਪੈਦਾ ਕਰਾਂ ਮਨੁੱਖ ਜਿਹੜਾ ਸੱਤ ਜੀਵਨ ਵਾਲਾ ਹੋਵੇ, ਪੈ ਰਹਿਤ ਹੋਵੇ ਅਤੇ ਧਰਮ ਦੀ ਕਿਰਤ ਕਰੇ, ਆਦਰਸ਼ਕ ਜੀਵਨ ਉਹਦਾ ਹੋਵੇ, ਸਾਰੇ ਦੇਖਣ, ਫਿਰ ਗ੍ਰਿਸ਼ਤੀ ਹੋਵੇ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਦੀ ਪਾਸ ਇੱਕ ਆਨੰਦ ਸਿੰਘ ਨਾਮ ਦਾ ਬੱਚਾ ਆਇਆ, ਮਾਂ ਬਾਪ ਨੇ ਕਿਹਾ ਕਿ ਸੱਚੇ ਪਾਤਸ਼ਾਹ ਇਹ ਕੋਈ ਕੰਮ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ, ਬੱਚਾ ਬੇਟਾ, ਗੁਰੂ ਨਾਨਕ ਦੀ ਸਿੱਖੀ ਤਾਂ ਕੰਮ ਕਰਨ ਲਾਉਂਦੀ ਹੈ, ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ, ਰੱਬ ਦਾ ਰਾਹ ਉਹਨੂੰ ਮਿਲਣਾ ਜਿਹੜਾ ਮਿਹਨਤ ਕਰਕੇ ਦੱਸਦਾ ਹੁੰਦੀ, ਫਿਰ ਵੰਡ ਕੇ ਖਾਂਦਾ, ਵੰਡ ਕੇ ਛਕਣਾ, ਕਿਰਤ ਕਰਨੀ, ਨਾਮ ਜਪਣਾ, ਇਹ ਤਾਂ ਆਪਣੇ ਵੱਡੇ ਅਸੂਲ ਨੇ, ਅਤੇ ਤੂੰ ਕਿਉਂ ਨਹੀਂ ਕਰਦਾ? ਉਹ ਕਹਿੰਦਾ, ਸੱਚੇ ਪਾਤਸ਼ਾਹ ਮੈਂ ਆਨੰਦ ਸਾਹਿਬ ਪੜ੍ਹਦਾ ਸੀ, ਉਹਦੇ ਵਿੱਚ ਇਹ ਗੱਲ ਆ ਗਈ ਸੀ, ਐਸਾ ਕੰਮ ਉਹਲੇ ਨਾ ਕੀਤਾ ਜੇ ਤੰਤ ਪੁੱਛੋਦਾ ਹੀ। ਇਹ ਜਿਹੜੇ ਰਿਸ਼ਤੇਦਾਰ ਨੇ ਨਾਲ ਕੋਈ ਨਹੀਂ ਜਾਣਾ, ਪਛਤਾਉਣਾ ਪੈਂਦਾ, ਅਤੇ ਮੈਂ ਇਸ ਕਰਕੇ ਭਜਨ ਕਰਦਾ। ਕਹਿੰਦੇ ਠੀਕ ਹੈ ਪ੍ਰੇਮੀਆ, ਰਸਤੇ ਦੋਏ ਨੇ, ਤੇਰੀ ਮਰਜ਼ੀ ਹੈ ਬਰਕਤ ਬਣ ਜਾ, ਤੇਰੀ ਮਰਜ਼ੀ ਹੈ ਗ੍ਰਿਸ਼ਤੀ ਬਣ ਜਾ। ਗ੍ਰਿਸ਼ਤੀ ਦੇ ਨੂੰ ਵੀ ਜਿਹੜਾ ਦਰਸ਼ਨ ਕੀਤੀ ਹੈ ਉਹਨੂੰ ਪਰਮੇਸ਼ਰ ਬਹੁਤ ਛੇਤੀ ਮਿਲ ਜਾਂਦਾ। ਤੈਨੂੰ ਅਸੀਂ ਇੱਕ ਕਹਾਣੀ ਸੁਣਾਉਂਦੇ ਹਾਂ। ਕਹਿਣ ਲੱਗੇ, ਇੱਕ ਸ਼ਿਕਾਰੀ ਸ਼ਿਕਾਰ ਖੇਡਣ ਗਿਆ, ਸਰਦੀ ਦਾ ਮਹੀਨਾ, ਜੰਗਲ 'ਚ ਹਨੇਰਾ ਹੋ ਗਿਆ, ਰਾਹ ਕੋਈ ਲੱਭੇ ਨਾ। ਇੱਕ ਬੜਾ ਦਰਖਤ ਸੀ ਬੋਹੜ ਦਾ, ਉਹਦੇ ਥੱਲੇ ਆ ਕੇ ਬਹਿ ਗਿਆ, ਠੁਰ ਠੁਰ ਕਰਦਾ। ਉੱਥੇ ਇੱਕ ਕਬੂਤਰ ਅਤੇ ਕਬੂਤਰ ਜੋੜਾ ਰਹਿੰਦਾ ਸੀ, ਪਿਛਲੇ ਜਨਮ ਦਾ ਉਹਨਾਂ ਨੂੰ ਗਿਆਨ ਸੀ, ਕਿਸੇ ਸ਼ਰਾਪ ਬਸ ਇਹ ਜਾਮਾ ਮਿਲ ਗਿਆ ਸੀ। ਕਹਿੰਦੇ ਉਹਨਾਂ ਨੇ ਵਿਚਾਰ ਕਰੀ ਵੀ ਦੇਖੋ, ਇਹ ਪ੍ਰਦੇਸੀ ਬੰਦਾ ਆਪਣੇ ਘਰ ਆ ਗਿਆ ਅਤੇ ਇਹਨੂੰ ਪਾਲੇ ਤੋਂ ਤਾਂ ਵਿਚਾਰੀਏ। ਉਹ ਕਬੂਤਰ ਕਹਿਣ ਲੱਗਿਆ ਵੀ ਮੈਂ ਜਾਣਾ, ਮੈਂ ਕਿਤੋਂ ਅੱਗ ਚੁੱਕ ਕੇ ਲਿਆਉਣਾ। ਉਹ ਇੱਕ ਥਾਂ ਤੋਂ ਗਿਆ, ਮੀਂਗਣ ਚੁੱਕ ਲਿਆ, ਉਹ ਧੁੱਕਦੀ ਹੋਈ ਮੀਂਗਣ ਥੱਲੇ ਸੁੱਟ ਦਿੱਤੀ। ਉਹਨੇ ਕਿਹਾ ਵੀ ਅੱਗ ਤਾਂ ਆ ਗਈ, ਹੁਣ ਮੈਂ ਅੱਗ ਜਾਲਣਾ, ਚੰਗੇੜਾ ਤਾਂ ਆ ਗਿਆ। ਉਹ ਜੇ ਸੋਚਦਾ ਹੀ ਆ, ਉਹਨਾਂ ਨੇ ਆਲਣਾ ਆਪਣਾ ਢਾਹ ਕੇ ਥੱਲੇ ਸੁੱਟ ਦਿੱਤਾ। ਉਹਨੇ ਕਿਹਾ ਵੀ ਆਹ ਤਾਂ ਰੱਬ ਨੇ ਮੇਰੀ ਮਦਦ ਕਰੀ। ਉਹ ਆਲਣੇ ਨੇ ਛੋਟੇ ਟੱਕਿਆਂ ਨਾਲ ਅੱਗ ਜਾਲ ਲਈ, ਬੜੇ ਲਿਆ ਕੇ ਧੂਣੀ ਲਾ ਲਈ। ਉਹ ਫਿਰ ਕਹਿਣ ਲੱਗਿਆ ਵੀ ਦੇਖ, ਇਹ ਅਥਿਤੀ ਆਪਣੇ ਘਰ ਆਇਆ, ਅੱਗੇ ਆਪਾਂ ਤਾਂ ਗਲਤੀ ਹੋਈ ਅਤੇ ਕਬੂਤਰ ਦੀ ਜੁੰਨੀ ਮਿਲੀ ਆਪਾਂ ਨੂੰ, ਵੀ ਹੁਣ ਇਹਦਾ ਕੋਈ ਬੰਦੋਬਸਤ ਸੋਚਣਾ ਚਾਹੀਦਾ। ਆਪਾਂ ਗਰੀਬ ਹੈਗੇ, ਸਾਨੂੰ ਚੁੰਝੇ ਚੁੰਝ ਪਰਮੇਸ਼ਰ ਨੇ ਦਿੱਤੀ ਹੈ, ਘਰ ਸਾਡੇ ਕੋਲ ਨਹੀਂ ਵੀ ਜਿੱਥੇ ਅਨਾਜ ਹੋਵੇ, ਕੋਈ ਸੋਚੀ ਤਾਂ ਅਸੀਂ ਰੱਖਦੇ ਨਹੀਂ ਹਾਂ। ਅੱਜ ਚੁਗ ਲਿਆ, ਕੱਲ੍ਹ ਨੂੰ ਵਾਹਿਗੁਰੂ ਦੇ ਭਰੋਸੇ 'ਤੇ ਫਿਰ ਅਸੀਂ ਚੁਗ ਉਡਾਰੀਆਂ ਮਾਰਾਂਗੇ, ਚੁਗ ਲਾਂਗੇ, ਵੀ ਕੋਈ ਬਿਉਂਦ ਸੋਚੋ। ਖਿਵੀਰ ਕਬੂਤਰ ਕਹਿਣ ਲੱਗਿਆ ਵੀ ਦੇਖ, ਮੈਂ ਅੱਗ ਦੇ ਵਿੱਚ ਗਿਰਦਾ, ਤੂੰ ਬੱਚੇ ਪਾਲ। ਉਹ ਕਹਿੰਦੇ ਵੀ ਦੇਖ, ਤੇਰੇ ਬਗੈਰ ਮੇਰਾ ਗੁਜ਼ਾਰਾ ਨਹੀਂ ਹੋਣਾ, ਮੈਂ ਗਿਰਦੀ ਹਾਂ, ਤੂੰ ਬੱਚੇ ਤਾਂ ਆਪਣੇ ਉਡਾਰ ਹੋਣ ਵਾਲੇ ਨੇ, ਥੋੜ੍ਹੇ ਦਿਨ ਪਾਲ ਲਈ। ਲੇਕਿਨ ਉਹ ਕਬੂਤਰ ਗਿਰ ਪਿਆ, ਉਹਨੇ ਉਹਨੂੰ ਭੁੰਨ ਲਿਆ, ਭੁੰਨ ਕੇ ਖਾ ਲਿਆ। ਇਹਨੇ ਨੂੰ ਉਹਨੇ ਦੇਖਿਆ ਵੀ ਇਹਦਾ ਰਜਿਆ ਨਹੀਂ ਹੈ, ਅਥਿਤੀ ਨੂੰ ਜੇ ਨਾ ਰਜਾਓ ਤਾਂ ਵੀ ਦੋਸ਼ ਲੱਗਦਾ। ਜਾਂ ਤਾਂ ਕਹੋ ਨਾ ਵੀ ਪ੍ਰਸ਼ਾਦਾ ਛਕ ਲੈ, ਜੇ ਪ੍ਰਸ਼ਾਦਾ ਛਕਾਉਣਾ ਤਾਂ ਰੱਜ ਕੇ ਛਕਾਓ। ਉਹ ਵੀ ਗਿਰ ਗਈ।
ਉਹ ਬੱਚਿਆਂ ਨੇ ਸੋਚਿਆ ਵੀ ਸਾਡੇ ਮਾਂ ਬਾਪ ਇੱਕ ਨੇਕ ਕੰਮ ਵਾਸਤੇ ਕੁਰਬਾਨੀ ਦੇ ਤੀ, ਇਹਦੇ ਨਾਲ ਵੀ ਨਹੀਂ, ਇਹ ਰੱਜਿਆ ਦੋ ਬੱਚੇ ਸੀ, ਉਹ ਦੋਹਾਂ ਨੇ ਛਾਲ ਮਾਰਤੀ ਅੱਗ 'ਚ। ਉਹ ਰੱਜ ਗਿਆ, ਕੀ ਦੇਖਦਾ ਹੈ, ਉਸੇ ਵੇਲੇ ਇੱਕ ਵਿਵਾਨ ਆ ਗਿਆ, ਉਹ ਚਾਰਾਂ ਨੂੰ ਬਿਠਾ ਕੇ ਦੇਵਤਿਆਂ ਦੀ ਉਹਨਾਂ ਨੂੰ ਸ਼ਕਲ ਮਿਲ ਗਈ, ਚਾਰਾਂ ਨੂੰ ਬਿਠਾ ਕੇ ਜਦ ਕੁੰਠ ਨੂੰ ਜਾਣ ਲੱਗੇ, ਉਹ ਸ਼ਿਕਾਰੀ ਕਹਿਣ ਲੱਗੇ ਕਿ ਵੀ ਮੈਨੂੰ ਦੱਸੋ, ਮੈਨੂੰ ਕੁਛ ਭੁਲੇਖਾ ਲੱਗਦਾ, ਸਹੀ ਗੱਲ ਹੈ? ਕਹਿੰਦੇ ਸਹੀ ਗੱਲ ਹੈ। ਕਹਿੰਦੇ ਕੌਣ ਹੋ ਤੁਸੀਂ? ਕਹਿੰਦੇ ਅਸੀਂ ਬੈਕੁੰਠ ਧਾਮ ਤੋਂ ਆਏ ਹਾਂ, ਅਸੀਂ ਦੇਵਗਨ। ਕੀ ਕਰ ਰਹੇ ਹੋ? ਕਹਿੰਦੇ ਅਸੀਂ ਇਹਨਾਂ ਨੂੰ ਬੈਕੁੰਠ 'ਚ ਲਗਾ ਰਹੇ ਹਾਂ, ਕਿਉਂਕਿ ਇਹਨਾਂ ਨੇ ਆਪਾ ਪਾਰ ਕੇ ਅਥਿਤੀ ਸੇਵਾ ਕਰੀ ਹੈ, ਤੈਨੂੰ ਰਜਾਇਆ ਇਹਨਾਂ ਨੇ, ਆਪ ਮਰੇ ਨੇ, ਸੋ ਬਹੁਤ ਵੱਡਾ ਕੰਮ ਇਹਨਾਂ ਨੇ ਕਰਿਆ, ਇਸ ਕਰਕੇ ਸਾਨੂੰ ਹੁਕਮ ਹੋਇਆ ਕਿ ਜਾ ਕੇ ਚਾਹ ਉਹਨੂੰ ਬੈਕੁੰਠ 'ਚ ਲੈ। ਮਹਾਰਾਜ ਕਹਿੰਦੇ ਨਿਟਕਿਆ ਦੇ ਤਾਂ ਗ੍ਰਿਸ਼ਤੀ ਬਣਨਾ, ਤਾਂ ਹੈਗਾ ਬਣ ਦੇ ਤਾਂ ਸਾਧੂ ਬਣਨਾ ਹੈ, ਉਹ ਵੀ ਅਸੀਂ ਦੱਸ ਦਿੰਦੇ ਹਾਂ। ਕਹਿੰਦੇ ਇੱਕ ਸੰਤ ਸੀਗਾ, ਉਹ ਪ੍ਰਸ਼ਾਦਾ ਆ ਜਾਵੇ ਤਾਂ ਛਕ ਲੈਂਦਾ ਸੀ, ਜੇ ਨਾ ਆਵੇ ਤਾਂ ਨਹੀਂ ਛਕਦਾ ਸੀ। ਐਸਾ ਹੋਇਆ ਬਾਰਿਸ਼ ਪੈਣ ਲੱਗ ਗਈ, 7 ਦਿਨ ਕੋਈ ਨਾ ਆਇਆ। 7 ਦਿਨਾਂ ਬਾਅਦ ਵਿਸ਼ਨੂੰ ਜੀ ਨੇ ਦੂਤ ਭੇਜੇ ਕਿ ਪਿੰਡ ਨੂੰ ਜਾਲ ਦਿਓ, ਇਹ ਸੰਤਾਂ ਦੀ ਸੇਵਾ ਨਹੀਂ ਕਰਦਾ, ਇਹ ਪਿੰਡ ਰੱਖਣ ਦੇ ਕਾਬਲ ਨਹੀਂ ਹੈ। ਜਿਸ ਵਕਤ ਉਹ ਦੂਤ ਮਸਾਲਾ ਲੈ ਕੇ ਆਏ ਸੰਤਾਂ ਕੋਲ ਆਏ, ਕਹਿੰਦੇ ਸੰਤ ਜੀ ਪਹਿਲਾਂ ਤਾਂ ਸਾਨੂੰ ਉਹ ਘਰ ਦੱਸੋ ਜੇ ਜਿੱਥੋਂ ਤੁਹਾਨੂੰ ਪ੍ਰਸ਼ਾਦਾ ਨਹੀਂ ਆਇਆ। ਉਹ ਕਹਿੰਦੇ ਦੇਖੋ ਮੇਰਾ ਕਿਹੜਾ ਕਿਸੇ 'ਤੇ ਜ਼ੋਰ ਹੈ ਵੀ ਮੈਨੂੰ ਕੋਈ ਪ੍ਰਸ਼ਾਦਾ ਦੇ ਕੇ ਜਾਵੇ, ਉਹ ਤਾਂ ਮਰਜ਼ੀ ਹੈ, ਭਗਵਾਨ ਦੀ ਮਰਜ਼ੀ ਹੈ। ਉਹਨਾਂ ਜੇ ਕਿਉਂਕਿ ਰਿਜਕ ਦੇਣ ਦਾ ਉਹ ਜ਼ਿੰਮੇਵਾਰ ਹੈ, ਕਾਹੇ ਦੇ ਮਨ ਚਿਤਵਾਇਆ ਉਦਮ ਦਾ ਆਹਰ ਹਰ ਜੀ ਉਪਰਿਆ। ਕਹਿੰਦੇ ਅਸੀਂ ਪਿੰਡ ਨੂੰ ਅੱਗ ਲਾਉਂਦੇ ਹਾਂ। ਕਹਿੰਦਾ ਇੱਕ ਮੈਨੂੰ ਵੀ ਦੇ ਦਿਓ, ਮਿਸਾਲ ਲੈ ਜੀ। ਉਹਨਾਂ ਨੂੰ ਇਹ ਅੱਗ ਲਾਉਣ ਲੱਗ ਗਿਆ, ਉਹ ਨੱਠੇ, ਕਹੇ ਸੰਤ ਜੀ ਸਾਨੂੰ ਕਿਉਂ ਅੱਗ ਲਾਉਂਦੇ ਹੋ? ਕਹਿੰਦੇ ਤੁਸੀਂ ਦੇਖੋ ਰੋਜੀ ਦੇਣਾ ਭਗਵਾਨ ਦਾ ਕੰਮ ਹੈ, ਉਹਨੂੰ ਦਸ਼ੰਬਰ ਕਹਿੰਦੇ ਨੇ, ਭੁੱਖਿਆਂ ਨੂੰ ਰਜਾਉਣ ਵਾਲਾ, ਇਹ ਤਾਂ ਉਹਦੀ ਡਿਊਟੀ ਸੀ, ਉਹਨੇ ਕਿਉਂ ਨਾ ਪ੍ਰੇਰਨਾ ਕਿਸੇ ਨੂੰ ਕਰੀ, ਉਹਨੇ ਪਿੰਡ ਵਾਲਿਆਂ ਦਾ ਕੀ ਦੋਸ਼ ਹੈ? ਕਹਿੰਦੇ ਦੇਖ ਬਈ ਨੀਂਗਰਾ ਜੇ ਸਾਧੂ ਬਣਨਾ ਤਾਂ ਇਹ ਜਿਹਾ ਬਣ। ਉਹ ਕਹਿਣ ਲੱਗਿਆ ਵੀ ਮਹਾਰਾਜ ਮੈਂ ਤਾਂ ਗ੍ਰਿਸ਼ਤੀ ਬਣੂ। ਕਹਿੰਦੇ ਗ੍ਰਿਸ਼ਤੀ ਨੂੰ ਪ੍ਰਾਪਤੀ ਛੇਤੀ ਹੋ ਜਾਂਦੀ ਹੈ ਜੇ ਉਹ ਧਰਮ ਦੀ ਕਿਰਤ ਕਰੇ, ਵੰਡ ਕੇ ਛਕੇ, ਸੁੱਚਾ ਰਹੇ, ਸਾਧੂਆਂ ਨੂੰ ਮਾਤ ਕਰ ਜਾਂਦਾ ਘਰ 'ਚ ਬੈਠਾ ਹੀ। ਸੋ ਮਹਾਰਾਜ ਗੁਰੂ ਦੇ ਸੰਦੇਸ਼ ਪਿਤਾ ਚਾਹੁੰਦੇ ਸੀ ਵੀ ਗੁਰਸਿੱਖ ਗ੍ਰਿਸ਼ਤੀ ਹੋਵੇ, ਆਦਰਸ਼ਕ ਗ੍ਰਿਸ਼ਤੀ, ਫਿਰ ਉਹ ਸੂਰਮਾ ਹੋਵੇ। ਸੂਰਾ ਕੌਣ, ਸੂਰਮਾ ਕੌਣ ਹੁੰਦਾ ਵੀ ਜਿਹੜੇ ਲੋਕਾਂ ਦੇ ਗੱਲ ਲਾਈ ਜਾਵੇ? ਮਹਾਰਾਜ ਨੇ ਨਹੀਂ ਇਹਨੂੰ ਸੂਰਮਾ ਕਿਹਾ। ਕਹਿੰਦਾ ਇਹ ਤਾਂ ਭਿੜ ਭਿੜ ਕੇ ਮਰਦੇ ਨੇ ਹੰਕਾਰੀ ਬੰਦੇ, ਇਹਨਾਂ ਨੂੰ ਕਿਤੇ ਦਾਰ ਦਰਗਾਹ 'ਚ ਥਾਂ ਨਹੀਂ ਮਿਲਿਆ ਕਰਦਾ। ਕਹਿੰਦੇ ਸੂਰਮਾ ਉਹ ਹੈ ਜਿਹਨੇ ਆਪਣੇ ਆਪ ਨੂੰ ਮਾਰ ਲਿਆ, ਆਪਣੀ ਮੈਂ ਨੂੰ ਮਾਰ ਲਿਆ। ਨਾਨਕ ਸੋ ਸੂਰਾ ਵਰੀਆਂ, ਜਿਹਨ ਵਿੱਚੋਂ ਦੁਸ਼ਟ ਅਹੰਕਾਰਣ ਮਾਰਿਆ, ਜਿਹੜਾ ਜਨਮਾਂ ਜਨਮਾਂਤਰਾਂ 'ਚ ਘੁਮਾਈ ਫਿਰਦਾ ਸੀ ਅਹੰਭਾਵ, ਜਿਹਨੇ ਉਹ ਮਾਰ ਲਿਆ। ਕਹਿੰਦੇ ਉਹ ਸੂਰਮਾ ਹੋਇਆ ਕਰਦਾ, ਦੂਜਿਆਂ ਨੂੰ ਸੂਰਮਾ ਹੋਇਆ ਕਰਦਾ। ਹਉਮੈ ਦਾ ਭਾਵ ਹੋਵੇ ਫਿਰ ਸੇਵਾਦਾਰ ਹੋਵੇ, ਚਾਹੇ ਰਾਜਾ ਬਣ ਜਾਵੇ ਤਾਂ ਵੀ ਸੇਵਾਦਾਰ। ਨਵਾਬ ਕਪੂਰ ਸਿੰਘ ਜਥੇਦਾਰ ਸੀ ਪੰਥ ਦਾ, ਉਹਦੇ ਬਾਅਦ ਸਰਦਾਰ ਜੱਸਾ ਸਿੰਘ ਪੰਥ ਦੇ ਸੇਵਾਦਾਰ ਬਣੇ ਜਥੇਦਾਰ। ਇੱਧਰੋਂ ਇਹ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਚੁੱਪ ਕਰਾਉਣ ਵਾਸਤੇ ਕੁਝ ਪਿੰਡ ਦੇ ਤੇ ਵੀ ਹੈ, 50-60 ਪਿੰਡ ਤੁਸੀਂ ਲੈ ਲਓ, ਇਹਦੀ ਨਵਾਬੀ ਅਸੀਂ ਤੁਹਾਨੂੰ ਦਿੰਦੇ ਹਾਂ, ਆਪਣਾ ਰਾਜ ਕਰੋ, ਆਪਣੇ ਆਰਾਮ ਨਾਲ ਰਹੋ, ਤੁਸੀਂ ਦੇਸ਼ ਨੂੰ ਨਾ ਲੁੱਟੋ ਜਾਣੋ। ਉਹ ਜਦ ਦਰਬਾਰ ਸਾਹਿਬ ਲੈ ਕੇ ਆਇਆ, ਦੀਵਾਨ ਲੱਗਿਆ ਹੋਇਆ, ਅਤੇ ਉਹਨੇ ਉਹ ਖਿਲਤ ਪੇਸ਼ ਕਰੀ, ਸਾਵਾਜ ਸਿੰਘ ਸੁਵੇਗ ਸਿੰਘ ਲੈ ਕੇ ਆਏ, ਉਹ ਕਿਸੇ ਨੇ ਲਈ ਨਾ। ਅਖੀਰੇ ਫੈਸਲਾ ਹੋਇਆ ਵੀ ਨਵਾਬ ਕਪੂਰ ਸਿੰਘ ਦੇ ਗੱਲ ਪਾ ਦਿਓ, ਉਹ ਜਿਹਦਾ ਚੋਗਾ ਸੀ ਨਵਾਬੀ ਦਾ, ਇੱਕੋ ਗੱਲ 'ਚ ਪਾਉਣ ਵਾਲਾ ਸੀ,
ਉਹ ਕਹਿੰਦਾ ਮੈਂ ਲੈ ਤਾਂ ਲੈਂਦਾ ਹੁਕਮ ਥੋੜ੍ਹਾ ਮੰਨਦਾ, ਪਰ ਮੇਰੇ ਸੇਵਾ ਨਾ ਖੋਇਓ, ਮੈਂ ਘੋੜਿਆਂ ਦੀ ਲਿੱਦ ਪਿੱਛੇ ਹਟਾਉਂਦਾ ਚੱਕਦਾ, ਇਹ ਨਾ ਮੇਰੇ ਸੇਵਾ। ਸੋ ਮਹਾਰਾਜ ਦਾ ਸੀ ਵੀ ਜਿਹੜਾ ਸਿੱਖ ਕਿੰਨਾ ਹੀ ਪੈਸੇ ਵਾਲਾ ਹੋ ਜਾਵੇ, ਪਰ ਉਹਦੇ 'ਚ ਸੇਵਾ ਭਾਵ ਇੰਨਾ ਹੋਵੇ, ਆਕੜ ਕੇ ਨਾ ਖੜੇ ਵੀ ਮੈਂ ਤਾਂ ਵੱਡਾ। ਐਸਾ ਆਦਰਸ਼ ਸੀ ਗੁਰੂ ਮਹਾਰਾਜ ਦੇ ਸਾਹਮਣੇ। ਫਿਰ ਐਸਾ ਹੋਵੇ ਕਿ ਰਿਸ਼ੀ ਮੁਨੀ ਵੀ ਉਹਦਾ ਉਹਨੂੰ ਸਤਿਕਾਰ ਕਰਨ, ਇਹੋ ਜਿਹਾ ਜੀਵਨ ਉਹਦਾ ਹੋਣਾ ਚਾਹੀਦਾ, ਜਟਾ ਜੂਟ ਹੋਵੇ, ਫਿਰ ਜਤੀ ਹੋਵੇ, ਏਕਾ ਨਾਰੀ ਸਦਾ ਜਤੀ। ਐਸੀਆਂ ਮਸਾਲਾਂ ਆਉਂਦੀਆਂ ਗੁਰੂ ਘਰ ਦੇ ਅੰਦਰ ਕਿ ਕਿੰਨੇ ਟੈਸਟ ਲੈਣ ਤੋਂ ਬਾਅਦ ਵੀ ਉਹਨਾਂ ਦਾ ਜਤ ਸਤ ਨਹੀਂ ਤੋੜ ਸਕੇ। ਫਿਰ ਸਾਰਿਆਂ ਨਾਲ ਪਿਆਰ ਕਰਨ ਵਾਲਾ ਹੋਵੇ, ਹੰਕਾਰੀ ਨਾ ਹੋਵੇ। ਇਤਿਹਾਸ ਭਰਿਆ ਪਿਆ ਸਾਧਸੰਗ ਜੀ ਇਹਨਾਂ ਗੱਲਾਂ ਦੇ ਨਾਲ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦੇ ਕੌਤਕ ਸਾਰੇ ਨਿਰਾਲੇ ਸੀ ਗੁਰੂ ਮਹਾਰਾਜ ਜੀ ਨੇ, ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ ਹੈ, ਪੜ੍ਹ ਲਓ। ਆਹ
ਸਤਿਗੁਰ ਪੁਰਖ ਜਾਂ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਰ, ਜਿਹਾ ਵੀ ਜੈ ਸੋ ਲੁਣਾ ਫਲ ਕਰਮ ਸੁਮਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਇਹ ਕੁਆਲਿਟੀਜ਼ ਹੈ ਗੁਰੂ ਜੀ। ਗੁਰੂ ਮਹਾਰਾਜ 9 ਮਹੀਨੇ ਗੁਪਤਵਾਸ ਵਿੱਚ ਰਹੇ, ਕਿਸੇ ਦਾ ਕੋਈ ਖਿਆਲ ਸੀ, ਕਿਸੇ ਦਾ ਕੋਈ ਖਿਆਲ ਸੀ। ਉਸ ਤੋਂ ਬਾਅਦ ਜ਼ਿਆਦਾ ਆਪ ਸੰਗਤ ਵਿੱਚ ਆਏ, ਆਪ ਨੇ ਕਿਹਾ ਕਿ ਸਾਰੇ ਪੰਥ ਨੂੰ ਸੁਨੇਹਾ ਭੇਜ ਦਿਓ, ਬਰਮਾ ਤੱਕ, ਲੰਕਾ ਤੱਕ, ਈਰਾਨ ਤੱਕ, ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ, ਸਾਰਿਆਂ ਨੂੰ ਸੰਦੇਸ਼ਾ ਦੇਖ ਕੇ ਤੁਸੀਂ ਇੱਥੇ ਬੁਲਾਓ। ਉਸ ਸਮੇਂ ਦੇ ਮੁਤਾਬਕ ਐਸਾ ਮਤ ਹੈ ਕਿ 80,000 ਸਿੰਘ ਵਿਸਾਖੀ ਨੂੰ ਉੱਥੇ ਪਹੁੰਚ ਗਏ। ਲਾਊਡ ਸਪੀਕਰ ਨਹੀਂ ਸੀ ਹੁੰਦੇ, ਬੋਲ ਵਿੱਚ ਵਰਕਤੇ ਹੋਇਆ ਕਰਦੇ ਸੀ। ਕੱਲ੍ਹ ਦੇ ਦਿਨ ਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਦੀਵਾਨ ਲਾਇਆ, ਸਾਰੇ ਗੁਰਸਿੱਖ ਦੇਸਾਂ ਪ੍ਰਦੇਸਾਂ ਤੋਂ ਆਏ ਹੋਏ ਉੱਥੇ ਵਿੱਚ ਬੈਠੇ ਸੀ, ਕੀਰਤਨ ਹੋ ਰਿਹਾ ਸੀ। ਆਪ ਅਚਾਨਕ ਉੱਠ ਕੇ ਖੜ੍ਹੇ ਹੋਏ, ਆਪਨੇ ਕਿਹਾ ਖਾਲਸਾ ਜੀ, ਤੁਹਾਡੇ ਪੂਰਵਜ ਜਿਹੜੇ ਸੀ, ਬਜ਼ੁਰਗ ਸੀ, ਉਹ ਬੜੇ ਹੀ ਅਣਖ ਵਾਲੇ ਸੀ। ਗੁਰੂ ਮਹਾਰਾਜ ਜੀ ਨੇ 52 ਕਵੀ ਰੱਖ ਕੇ ਪੁਰਾਣੇ ਸਾਹਿਤ ਦਾ ਅਨੁਵਾਦ ਕਰਾਇਆ। ਕੱਲਾ ਮਹਾਂਭਾਰਤ ਦਾ 18-18ਵਾਂ ਪੁਰਬ ਜਿਹੜਾ ਹੈ, ਉਹਦੇ ਅਨੁਵਾਦ ਵਾਸਤੇ ਗੁਰੂ ਜੀ ਨੇ 2 ਲੱਖ ਰੁਪਈਆ ਦਿੱਤਾ। ਮੰਗਲ ਕਵੀ ਸੀ ਉਹਦਾ ਨਾਂ। ਜਦੋਂ ਉਸਨੂੰ ਗਿਫਟਸ ਦੇ ਕੇ ਘਰ ਨੂੰ ਭੇਜਿਆ, 150 ਸਿੰਘ ਨਾਲ ਦਿੱਤਾ ਵੀ ਜਾਓ ਇਹਦੇ ਘਰ ਪਹੁੰਚਾਇਓ। ਰਾਏਪੁਰ ਦੀ ਰਾਣੀ ਨੇ ਸਮਝਿਆ ਵੀ ਸ਼ਾਇਦ ਕੋਈ ਦੁਸ਼ਮਣ ਚੜ੍ਹਿਆ, ਉਹਨੇ ਤੋਪ ਦਾ ਗੋਲਾ ਚਲਾ ਤਾ, ਉਹਨੇ ਚਿੱਟਾ ਝੰਡਾ ਖੜ੍ਹਾ ਕਰਤਾ। ਗੱਲਬਾਤ ਵਾਸਤੇ ਬੁਲਾ ਲਿਆ। ਜਦੋਂ ਗੱਲਬਾਤ ਹੋਈ, ਕਹਿਣ ਲੱਗਿਆ, ਰਾਣੀ ਸਾਹਿਬ, ਗੁਰੂ ਗੋਬਿੰਦ ਸਿੰਘ ਇੰਨੇ ਵੱਡੇ ਦਾਤੇ ਨੇ ਕਿ ਉਹਨਾਂ ਨੇ ਇੱਕ ਪੁਸਤਕ ਦਾ ਅਨੁਵਾਦ ਕਰਨ ਵਾਸਤੇ ਮੈਨੂੰ ਇੰਨਾ ਧਨ ਦਿੱਤਾ, ਮੇਰੇ 7 ਪੁਸਤਕਾਂ ਤੋਂ ਨਹੀਂ ਮੁੱਕਣਾ। 150 ਬੰਦਾ ਮੈਨੂੰ ਉੱਥੇ ਛੱਡਣ ਜਾ ਰਿਹਾ। ਬੜਾ ਖਰਚ ਕਰਿਆ ਗੁਰੂ ਮਹਾਰਾਜ ਨੇ, ਪੁਰਾਣਾ ਸਾਹਿਤ ਸਾਰੇ ਦਾ ਸਾਰਾ ਟ੍ਰਾਂਸਲੇਸ਼ਨ ਕਰਾਇਆ। ਅਤੇ ਉਹ ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਬਜ਼ੁਰਗ ਇਹੋ ਜਿਹੇ ਸੀਗੇ, ਆਹ ਕਰੈਕਟਰ ਸੀ ਉਹਨਾਂ ਦਾ, ਅਤੇ ਹੁਣ ਦੇਖ ਲਓ ਕਿੰਨੇ ਤੁਸੀਂ ਗੁਲਾਮ ਹੋ ਗਏ। ਬ੍ਰਾਹਮਣਾਂ ਨੇ ਆਪਣਾ ਧਰਮ ਛੱਡ ਦਿੱਤਾ, ਖੱਤਰੀਆਂ ਨੇ ਆਪਣਾ ਛੱਡ ਦਿੱਤਾ। ਸ੍ਰੇਸ਼ਟ ਸਾਰੀ ਇੱਕ ਵਰਨ ਹੁੰਦੀ ਜਾਂਦੀ ਹੈ, ਸੱਤ ਕਿਤੇ ਰਿਹਾ ਨਹੀਂ ਹੈ। ਅਤੇ ਅਸੀਂ ਇਹ ਡਿਗਰੀ ਹੋਈ ਹਾਲਤ ਨੂੰ ਨਰੋਈ ਬਣਾਉਣਾ। ਇਹ ਜਿਹੜਾ ਵਿਦੇਸ਼ੀ ਰਾਜ ਹੋ ਗਿਆ, ਕੋਈ 700 ਸੰਬਤ ਤੋਂ ਵਿਦੇਸ਼ੀ ਆਉਣੇ ਸ਼ੁਰੂ ਹੋ ਗਏ ਸੀ। ਗੁਰੂ ਮਹਾਰਾਜ ਦੇ ਵੇਲੇ ਇੱਥੇ ਹੀ ਕੋਈ 1100 ਸਾਲ ਹੋ ਚੁੱਕਿਆ ਸੀ। ਵੀ ਤੁਹਾਡੀ ਅਣਖ ਕਿੱਥੇ ਗਈ? ਉਹ ਭੀਮ ਵਾਲੀ, ਅਰਜਨ ਵਾਲੀ, ਉਹਨਾਂ ਯੋਧਿਆਂ ਵਾਲੀ ਕਿੱਥੇ ਜ ਰਹੀ? ਤੁਸੀਂ ਸਾਰੇ ਸਿਰ ਨੀਵੇਂ ਕਰਕੇ ਬੈਠੇ ਹੋ, ਅਤੇ ਹਾਕਮ ਇਹੋ ਜਿਹੇ ਗੰਦੇ ਆ ਗਏ, ਕਿਸੇ ਦੀ ਇੱਜ਼ਤ ਦੀ ਲਿਹਾਜ਼ ਨਹੀਂ ਕਰਦੇ, ਕਿਸੇ ਦੇ ਘਰ ਦੀ ਜਿਹੜੀ ਮਾਇਆ ਉਹਦੀ ਲਿਹਾਜ਼ ਨਹੀਂ ਕਰਦੇ, ਜੀ ਕਰਦੇ ਲੁੱਟ ਲੈਂਦੇ ਨੇ। ਬਹੁਤ ਬੁਰੀ ਹਾਲਤ ਤੁਹਾਡੀ ਹੋ ਰਹੀ ਹੈ। ਭੇਡਾਂ ਬੱਕਰੀਆਂ ਵਾਂਗੂ ਤੁਸੀਂ ਆਰਾਮ ਦੇ ਨਾਲ ਹੁਕਮ ਮੰਨਦੇ ਹੋ। ਤੁਹਾਡੀ ਆਜ਼ਾਦੀ ਖੋਹ ਲਈ ਗਈ, ਤੁਹਾਡੇ ਵਿੱਚੋਂ ਆਜ਼ਾਦੀ ਤਾਂ ਖੋਹ ਲਈ, ਮਨੁੱਖਤਾ ਵੀ ਖੋਹ ਲਈ ਤੁਹਾਡੇ ਅੰਦਰ ਪਸ਼ੂ ਬਣਾ ਕੇ। ਅਸੀਂ ਮੁੜ ਕੇ ਉਹੀ ਹਾਲਤ, ਉਹੀ ਚੜ੍ਹਦੀ ਕਲਾ ਲਿਆਉਣੀ ਚਾਹੁੰਦੇ ਹਾਂ, ਅਤੇ ਤੁਹਾਨੂੰ ਜਿੰਨੀਆਂ ਤੁਹਾਡੇ 'ਤੇ ਗੁਲਾਮੀਆਂ ਪਈਆਂ ਨੇ ਸਾਰਿਆਂ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਪਰ ਜਿਹੜੀ ਇਹ ਸੁਤੰਤਰਤਾ ਦੀ ਦੇਵੀ ਹੈ, ਇਹ ਇੱਕ ਬਲੀ ਮੰਗ ਰਹੀ ਹੈ, ਸੁੱਚੇ ਖੂਨ ਦੀ, ਗੰਦੇ ਖੂਨ ਦੀ ਨਹੀਂ, ਬਿਲਕੁਲ ਸੁੱਚਾ ਖੂਨ। ਉਹਦੇ ਵਾਸਤੇ ਮੈਨੂੰ ਇੱਕ ਸਿਰ ਦੀ ਲੋੜ ਹੈ। ਇਸ ਤਰ੍ਹਾਂ ਬੋਲੋ
ਇਹ ਤਾਂ ਮਾਰਗ ਪੈ ਤਰੀਜਾ ਸਿਰ ਦੀਜਾ ਕਰਨਾ ਚਾਹੀਦਾ। ਸੋ ਇਸ ਕਾਰਜ ਵਾਸਤੇ ਮੈਨੂੰ ਇੱਕ ਸੀਸ ਦੀ ਲੋੜ ਹੈ, ਨਿਤਰੋ ਕੋਈ ਸੂਰਮਾ। ਹੁਣ ਸੂਰਮੇ ਤਾਂ ਸਾਡਾ ਬੜਾ ਭੁਲੇਖਾ ਵੀ ਸੂਰਮਾ ਕੌਣ ਹੋਇਆ। ਗੁਰੂ ਮਹਾਰਾਜ ਜੀ ਉਹਨਾਂ ਨੂੰ ਸੂਰਮਾ ਨਹੀਂ ਮੰਨਦੇ, ਮਹਾਰਾਜ ਕਹਿੰਦੇ ਉਹ ਤਾਂ ਭਵਾਨੀ ਆ, ਅਹੰਕਾਰ ਦੇ ਵਿੱਚ ਲਾਲਚ ਆਏ ਹੋਏ ਆ, ਉਸੇ ਲੜ ਮਰਦੇ। ਇਹ ਸੂਰਮੇ ਨਹੀਂ ਹੁੰਦੇ, ਸੂਰਮਾ ਕਹਿੰਦੇ ਨੇ ਮਨ ਮਰਨਾ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਨ। ਸੂਰੇ ਸਹੀ ਆਖੀ ਹੈ ਦਰਗੇ ਪਾਵੇ ਸਾਚੀ ਮਨ, ਜਿਹੜੇ ਦਰਗਾਹ 'ਚ ਥਾਂ ਪਾਉਂਦੇ ਨੇ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ। ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਕਰਨ ਮਾਰੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰ। ਜਿਹੜਾ ਹਰ ਥਾਂ ਦੇ ਉੱਤੇ ਵਾਹਿਗੁਰੂ ਦੇ ਦਰਸ਼ਨ ਕਰਦਾ, ਹਰ ਵਕਤ ਜਿਸਦੀ ਰਸਨਾ 'ਚੋਂ ਵਾਹਿਗੁਰੂ 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 ਦਾ ਉਚਾਰਨ ਹੁੰਦਾ ਹੈ, ਕਹਿੰਦੇ ਉਹ ਸੂਰਮੈ ਪਿਆਰਿਓ ਆਤਮ ਜਿਹੜੇ ਸਗਲ ਵਸ ਤਾਂ ਕੇ ਜਾਂ ਦਾ ਸਤਿਗੁਰ ਪੂਰ। ਐਸੇ ਸੁੱਚੇ ਸੀਸ ਦੀ ਸਾਨੂੰ ਲੋੜ। ਉਸ ਵੇਲੇ ਲਾਹੌਰ ਦੇ ਵਾਸੀ ਭਾਈ ਦਿਆ ਰਾਮ ਜੀ ਜਿਹੜੇ ਦਿਨ ਰਾਤ ਹੀ ਸਿਮਰਨ ਦੇ ਵਿੱਚ ਰਹਿੰਦੇ ਸੀ, ਗਿਆਨ ਅਵਸਥਾ 'ਚ ਜਿਨ੍ਹਾਂ ਦਾ ਹਰ ਵਕਤ ਵਾਸਾ ਸੀ,
ਉਹਨਾਂ ਨੇ ਆ ਕੇ ਐਸੀ ਬੇਨਤੀ ਕਰੀ ਸਤਿਗੁਰ ਜੀ ਮੇਰਾ ਪੁੱਛ ਬੈਠ ਖੇਲਦਾ। ਉੱਚੀ ਦ੍ਰਿਸ਼ਟੀ ਸੀ ਗੁਰਸਿੱਖ ਦੀ। ਮਹਾਰਾਜ ਨੇ ਉਸ ਵੇਲੇ ਵਾਰੀ ਵਾਰੀ ਪੰਜ ਸੀਸ ਮੰਗੇ। ਲਾਹੌਰ ਤੋਂ ਭਾਈ ਦਿਆ ਰਾਮ ਜੀ, ਹਸਨਾਪੁਰ ਤੋਂ ਭਾਈ ਧਰਮ ਸਿੰਘ ਜੀ, ਦੁਆਰਕਾ ਤੋਂ ਭਾਈ ਮੋਹਕਮ ਸਿੰਘ ਜੀ, ਬਿਦਰ ਤੋਂ ਭਾਈ ਸਾਹਿਬ ਸਿੰਘ ਜੀ ਅਤੇ ਇਹ ਆਪਣਾ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਤੋਂ ਸਾਰੇ ਭਾਰਤ ਵਰਸ਼ ਦੇ ਵਿੱਚੋਂ ਨੁਮਾਇੰਦੇ ਉੱਠੇ ਅਤੇ ਗੁਰੂ ਮਹਾਰਾਜ ਜੀ ਨੇ ਸੀਸ ਲੈ ਲਏ। ਇੱਥੇ ਇੱਕ ਬੜਾ ਰੌਲਾ ਚੌਲਾ ਚੱਲਦਾ ਹੈ, ਅਖਬਾਰਾਂ 'ਚ ਰੋਜ਼ ਹੁਣ ਵੀ ਮੈਂ ਦੇਖਿਆ ਸੀ, ਇੱਕ ਨੇ ਲਿਖਿਆ ਸੀ, ਉਹ ਇਹ ਕਹੀ ਜਾਂਦੇ ਨੇ ਕਿ ਗੁਰੂ ਮਹਾਰਾਜ ਨੇ ਬੱਕਰਿਆਂ ਦੇ ਸਿਰ ਵੱਢੇ ਸੀ। ਇਹਦੇ ਵਿੱਚ ਇੱਕ ਤਰਕ ਹੈ ਬੜੀ ਜ਼ਬਰਦਸਤ, ਉਹ ਇਹ ਹੈ ਕਿ ਪਹਿਲਾਂ ਤਾਂ ਗੁਰੂ ਮਹਾਰਾਜ ਨੂੰ ਕੋਈ ਇਕੱਲਾ ਹੀ ਨਹੀਂ ਸੀ ਛੱਡਦਾ, ਉਹ ਤਾਂ ਬਹੁਤ ਵੱਡੇ ਬੰਦੇ ਨੇ। ਜੇ ਮੈਂ ਇੱਥੇ ਤੁਰਿਆ ਫਿਰਦਾ ਮੈਨੂੰ ਇਕੱਲਾ ਨਹੀਂ ਛੱਡਦਾ, ਜੇ ਮੈਂ ਇੱਧਰ ਨੂੰ ਜਾਣਾ ਤਾਂ ਵੀ ਮੇਰੇ ਮਗਰ, ਇੱਧਰ ਨੂੰ ਜਾਣਾ ਤਾਂ ਵੀ, ਰਾਤ ਨੂੰ ਵੀ। ਗੁਰੂ ਮਹਾਰਾਜ ਨੂੰ ਟਾਈਮ ਕਿੱਥੇ ਮਿਲਿਆ ਵੀ ਜਾ ਕੇ ਇੱਜੜ ਦੇ ਚਰਵਾਹੇ ਕੋਲ ਜਾ ਕੇ ਬੱਕਰੇ ਲਿਆਏ, ਫਿਰ ਇਕੱਲਾ ਇਕੱਲਾ ਬੰਨਿਆ ਲਿਆ ਕੇ ਜਾਂ ਪੰਜੇ ਇਕੱਠਿਆਂ ਨੂੰ ਘੜੀਸੀ ਆਏ, ਇਹ ਗੱਲ ਬਣਦੀ ਨਹੀਂ ਹੈ। ਫਿਰ ਪੈਰੇ ਲੱਗੇ ਹੁੰਦੇ ਨੇ, ਰਾਤ ਨੂੰ ਵੀ ਪੈਰੇ ਲੱਗੇ ਹੁੰਦੇ ਨੇ, ਕੋਈ ਐਂ ਥੋੜ੍ਹਾ ਸਾਰੇ ਸੌਂ ਗਏ। ਦੂਸਰੀ ਬਾਤ ਹੈ ਕਿ ਸਿਰ ਕੱਟ ਦਿੱਤੇ, ਕਿਉਂਕਿ ਇਤਿਹਾਸ ਸਿੱਖੀ ਦਾ ਸੈਂਕੜੇ ਸਾਲ ਬਾਅਦ ਲਿਖਿਆ ਹੈ। ਉਹਦੇ ਵਿੱਚ ਇੱਕ ਐਸਾ ਇੱਕ ਇਤਿਹਾਸ ਹੈ ਰਾਮਗੜੀਆਂ ਦਾ, ਬਖਸ਼ੀ ਸਿੰਘ ਨੇ ਲਿਖਿਆ। ਉਹਨੇ ਲਿਖਿਆ ਕਿ ਉੱਥੇ ਇੱਕ ਔਰੰਗਜ਼ੇਬ ਦਾ ਜਸੂਸ ਸੀਗਾ, ਉਹਨੇ ਰਿਪੋਰਟ ਭੇਜੀ ਹੈ ਔਰੰਗਜ਼ੇਬ ਨੂੰ
ਬਈ ਗੁਰੂ ਮਹਾਰਾਜ ਨੇ ਬੰਦੇ ਮਾਰ ਦਿੱਤੇ ਸਾਰੇ, ਸਾਰਿਆਂ ਦੇ ਸਿਰ ਵੱਟਤੇ। ਉਹਦੇ ਬਾਅਦ ਪਤਾ ਨਹੀਂ ਕੋਈ ਕਲਾਮ ਪੜ੍ਹੀ ਅਤੇ ਉਹ ਮੁੜ ਕੇ ਸਿਰ ਆ ਕੇ ਜੁੜ ਗਏ ਸਾਰੇ। ਹੁਣ ਇਹ ਗੱਲ ਜਿਹੜੇ ਨਾ ਛੋਟੇ ਫੇਸ ਦੇ ਬੰਦੇ ਨੇ, ਛੋਟੇ ਭਰੋਸੇ ਦੇ ਬੰਦੇ ਆ, ਉਹਨਾਂ ਦੀ ਸਮਝ ਤੋਂ ਬਾਹਰ ਹੈ। ਉਹਨੂੰ ਨਾਸਤਕ ਕਹਿੰਦੇ ਹੁੰਦੇ ਨੇ। ਜਿੰਨੀ ਗੱਲ ਜਾਣੀ ਹੈ ਉਸ ਤੋਂ ਕਹਾਣਾ ਜਿਹੜਾ ਜਮਾਂਦਾ ਹੋਵੇ ਉਹ ਨਾਸਤਕ ਹੁੰਦਾ। ਇੱਕ ਵਾਰੀ ਮੈਨੂੰ ਇੰਗਲੈਂਡ ਪੁੱਛਿਆ, ਕਹਿੰਦੇ ਤੁਹਾਨੂੰ ਨਾਸਤਕਾਂ ਨਾਲ ਨਫ਼ਰਤ ਹੈ? ਮੈਂ ਕਿਹਾ ਕੋਈ ਨਫ਼ਰਤ ਨਹੀਂ। ਕਹਿੰਦੇ ਕਿਉਂ? ਮਗਰ ਉਹ ਵਿਚਾਰੇ ਜਿੰਨੀ ਜਾਣੀ ਹੈ ਉਹਦੇ 'ਤੇ ਖੜ੍ਹੇ ਨੇ, ਉਹਨੂੰ ਗਾਂ ਦੀ ਕੋਈ ਦੱਸ ਦੂਗਾ ਫਿਰ ਉਹਨੂੰ ਮੰਨ ਲੈਣਗੇ। ਹੁਣ ਇਹਦੇ ਉੱਤੇ ਵਿਚਾਰ ਆਉਂਦੀ ਹੈ ਬੜੀ ਜ਼ਬਰਦਸਤ। ਇਹ ਫਿਰ ਲਿਖਦੇ ਨੇ ਜੀ ਗੁਰੂ ਮਹਾਰਾਜ ਨੇ ਕੋਈ ਸ਼ਕਤੀ ਨਹੀਂ ਦਿਖਾਈ। ਸ਼ਕਤੀਆਂ ਤਾਂ ਮੁੱਢ ਤੋਂ ਹੀ ਗੁਰੂ ਦਿਖਾਉਂਦੇ ਆਏ ਨੇ। ਗੁਰੂ ਨਾਨਕ ਸਾਹਿਬ ਜਦ ਬਗਦਾਦ ਵਿੱਚ ਗਏ ਨੇ, ਸਾਰਾ ਸ਼ਹਿਰ ਮਾਰਨ ਵਾਸਤੇ ਆ ਗਿਆ, ਤਾਂ ਮਹਾਰਾਜ ਜੀ ਨੇ ਉੱਥੇ ਬਾਂਗ ਦਿੱਤੀ, ਸਤਿ ਸ਼੍ਰੀ ਅਕਾਲ ਗੁਰਵਰ ਅਕਾਲ। ਉਹ ਜਦ ਬੱਟੇ ਮਾਰਨ ਲੱਗੇ ਇੱਥੇ ਹੱਥ ਰਹਿ ਗਏ ਸਾਰਿਆਂ ਦੇ। ਭਾਈ ਗੁਰਦਾਸ ਜੀ ਨੇ ਲਿਖੀ ਹੈ ਗੱਲ, ਸੁਨਮਨ ਹੋ ਗਈ ਨਗਰੀ, ਅਤੇ ਉਹ ਪੀਰ ਕਹਿੰਦਾ ਵੀ ਹੇ ਨਾਨਕ ਜੀ, ਤੁਸੀਂ ਇਹਨਾਂ ਨੂੰ ਜੜਤਾ ਤੋਂ ਸੁਰਜੀਤ ਕਰੋ। ਦਸਤਗੀਰ ਪੀਰ ਕਹਿੰਦਾ, ਹੋਰ ਅਨੇਕਾਂ ਹੀ ਗੁਰੂ ਮਹਾਰਾਜ ਨੇ ਐਸੇ ਕੌਤਕ ਹੋਏ ਨੇ ਜਦ ਪੱਥਰ ਰੋੜਿਆ ਹੈ। ਮਨੁੱਖ ਦੀ ਤਾਕਤ ਹੈ ਵੀ ਉਹ ਪੰਜੇ ਸਾਹਿਬ ਵਾਲਾ ਪੱਥਰ ਹੈ ਰੋਕ ਲਵੇ? ਉਹਦੇ ਸ਼ਕਤੀ ਨਹੀਂ ਸਿੱਧਾ, ਹੋਰ ਕੀ ਚੀਜ਼ ਹੈ? ਮਨੁੱਖ 'ਚ ਕਿਸੇ ਪਹਿਲਵਾਨ 'ਤੇ ਨਹੀਂ ਤਾਕਤ ਹੈ ਵੀ ਐਡਾ ਭਾਰਾ ਪੱਥਰ ਆਉਂਦਾ ਹੋਵੇ ਰੋਕ ਲਵੇ। ਇਸ ਤਰ੍ਹਾਂ ਨਿਰਮੂਲ ਗੱਲਾਂ ਕਰਦੇ ਨੇ ਗੁਰੂ। ਗੁਰੂ ਅੰਗਦ ਸਾਹਿਬ ਦੇ ਪਾਸ ਹਮਾਇਓ ਆਇਆ, ਉਹ ਹਾਰ ਗਿਆ ਸੀ, ਅੱਧਾ ਘੰਟਾ ਖੜ੍ਹਾ ਰਿਹਾ। ਮਹਾਰਾਜ ਨੇ ਧਿਆਨ ਨਾ ਦਿੱਤਾ, ਉਹਨੇ ਕਿਹਾ ਮੈਂ ਹਾਂ ਦਾ ਬਾਦਸ਼ਾਹ ਵੀ ਮੈਂ ਸਿਰ ਵੱਢਦਾ। ਉਹਦਾ ਮੁੱਠੇ 'ਤੇ ਹੱਥ ਪਾਇਆ, ਇੱਥੇ ਹੀ ਹੱਥ ਜੁੜ ਗਿਆ, ਨਾ ਹੱਥ ਇੱਧਰ ਹੋਵੇ ਨਾ ਇੱਧਰ ਹੋਵੇ, ਨਾਲੇ ਜੁੜ ਗਿਆ। ਅਖੀਰ ਉਹਨੂੰ ਸ਼ਰਨ ਚਰਨਾਂ 'ਤੇ ਢਹਿਣਾ ਪਿਆ। ਇਤਿਹਾਸ ਦੀਆਂ ਬਾਤਾਂ ਮੈਂ ਦੱਸਦਾ। ਇਹ ਕਹਿੰਦੇ ਵੀ ਨਹੀਂ ਜੀ, ਐਵੇਂ ਭੋਲੇ ਭਾਲੇ ਬੰਦਿਆਂ ਨੂੰ ਨਾ ਉਹ ਉਲਟੇ ਰਸਤੇ ਪਾਉਂਦੇ ਨੇ, ਆਪ ਨਾਸਤਕ ਨੇ ਸਾਨੂੰ ਵੀ ਨਾਸਤਕ ਬਣਾਉਂਦੇ ਨੇ। ਫਿਰ ਮਹਾਰਾਜ ਨੇ ਕਿਰਪਾ ਕਰੀ, ਉਹਦਾ ਹੱਥ ਖੁੱਲ੍ਹਿਆ। ਗੁਰੂ ਤੀਸਰੇ ਪਾਤਸ਼ਾਹ ਵੇਲੇ ਅੰਮ੍ਰਿਤ ਵੇਲੇ ਆ ਬੈਠੇ ਨੇ, ਇੱਕ ਰੋਣ ਦੀ ਆਵਾਜ਼ ਆਈ। ਮਹਾਰਾਜ ਨੇ ਸਿੱਖ ਨੂੰ ਭੇਜਿਆ ਵੀ ਜਾ ਕੇ ਪਤਾ ਲਿਆ ਕੌਣ ਰੋਂਦਾ ਹੈ। ਆ ਕੇ ਦੱਸਿਆ ਵੀ ਮਹਾਰਾਜ ਇੱਕ ਬ੍ਰਾਹਮਣੀ ਸੀ, ਜਵਾਨ ਮੁੰਡਾ ਇੱਕੋ ਇੱਕ, ਉਹ ਵਿਧਵਾ ਹੈ, ਉਹ ਮਰ ਗਿਆ, ਉਹ ਰੋਂਦੀ ਹੈ। ਮਹਾਰਾਜ ਕਹਿੰਦੇ ਜਾ ਉਹਨੂੰ ਕਹਿ ਦੇ ਵੀ ਸਵੇਰੇ ਲੈ ਆਵੇ, ਹੁਣ ਰੋਵੇ ਨਾ। ਦੂਏ ਦਿਨ ਸਵੇਰੇ ਲੈ ਆਈ, ਮਹਾਰਾਜ ਨੇ ਕਿਹਾ ਉੱਠ, ਉਹ ਵੀ ਉੱਠ ਖੜਿਆ। ਨਾਲ ਇੱਕ ਮਹਾਰਾਜ ਨੇ ਬਚਨ ਕਰਿਆ ਬਈ ਅਸੀਂ ਜਿੰਨੀ ਦੇਰ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਸਾਡੇ ਸਰੀਰ ਨੇ ਰਹਿਣਾ, ਕਾਲ ਨੂੰ ਕਹਿੰਦੇ ਤੂੰ ਨਾ ਇੱਥੇ ਬਣੀ ਆ ਕੇ। ਕਿੰਨੇ ਬੰਦੇ ਕਿੰਨੇ ਬਚ ਗਏ ਹੋਣੇ ਨੇ, 28 ਸਾਲ ਮਹਾਰਾਜ ਰਹੇ ਉੱਥੇ, ਅਤੇ 28 ਸਾਲ 'ਚ ਇੱਕ ਵੀ ਮੌਤ ਨਾ ਹੋਈ। ਉਹ ਕਾਲ ਨੂੰ ਬਣਨ ਦੀ ਸਮਰੱਥਾ ਗੁਰੂਆਂ 'ਚ ਹੈ, ਅਤੇ ਗੁਰੂਆਂ ਨੂੰ ਇਹ ਗੱਲ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਆ ਮਜਨੂੰ ਢਿੱਲੇ ਕੋਲ ਬੈਠੇ ਨੇ, ਇੱਥੇ ਹਾਥੀ ਖਾਨਾ ਹੁੰਦਾ ਸੀ, ਉਹ ਹਾਥੀ ਰਾਤ ਨੂੰ ਮਰ ਗਿਆ। ਮਹਾਵਤ ਰੋਣ ਲੱਗ ਗਏ, ਮਹਾਰਾਜ ਕਹਿਣ ਲੱਗੇ ਮਰਦਾਨਿਆਂ ਕੀ ਗੱਲ ਹੈ, ਅੰਮ੍ਰਿਤ ਵੇਲੇ ਰੋਂਦੇ ਨੇ, ਪਤਾ ਕਰੋ। ਆ ਕੇ ਦੱਸਿਆ ਕਿ ਮਹਾਰਾਜ ਹਾਥੀ ਮਰ ਗਿਆ, ਉਹਨਾਂ ਦਾ ਰਿਜ਼ਕ ਸੀ ਇਹ ਤਾਂ ਰੋਂਦੇ ਨੇ। ਕਹਿੰਦੇ ਜਾ ਉਹਨੂੰ ਕਹਿੰਦੇ ਮਰਿਆ ਨਹੀਂ ਹੈਗਾ, ਅਤੇ ਸਵੇਰੇ ਉੱਠ ਖੜੂਗਾ। ਉਹ ਹਟਾ ਦਿੱਤੇ, ਸਵੇਰੇ ਹਾਥੀ ਉੱਠ ਕੇ ਖੜਾ ਹੋ ਗਿਆ। ਹੋਰ ਵੀ ਬਹੁਤ ਸਾਰੀਆਂ ਸਾਖੀਆਂ ਗੁਰੂ ਮਹਾਰਾਜ ਦੀਆਂ। ਸੋ ਇਸੇ ਤਰ੍ਹਾਂ ਗੁਰੂ ਮਹਾਰਾਜ ਦਾ ਬਾਬੇ ਗੁਰਦਿੱਤੇ ਤੋਂ ਮਹਾਰਾਜ ਨੇ, ਗੁਰੂ 6ਵੇਂ ਪਾਤਸ਼ਾਹ ਨੇ ਫੈਸਲਾ ਕਰ ਲਿਆ ਕੀਰਤਪੁਰ ਸਾਹਿਬ ਜਾ ਕੇ ਵੀ ਅਸੀਂ ਛਤਰ ਨਹੀਂ ਚੱਕਣਾ, ਹੁਣ ਯੁੱਧ ਨਹੀਂ ਕਰਨਾ। ਬਾਬਾ ਗੁਰਦਿੱਤਾ ਜੀ ਸ਼ਿਕਾਰ ਨੂੰ ਗਏ ਅਤੇ ਕਿਸੇ ਨੇ ਕਿਹਾ ਜੀ ਸ਼ੇਰ ਆਇਆ ਹੋਇਆ ਚਿੱਤ ਮਚਿੱਤਾ, ਗਊ ਸੀਗੀ ਉਹ, ਦੂਰੋਂ ਇਹਨਾਂ ਨੇ ਬਾਣ ਮਾਰਿਆ, ਬੱਖੀ 'ਚ ਲੱਗਿਆ, ਉਹਦੀਆਂ ਆਂਦਰਾਂ ਕੱਢ ਕੇ ਲੈ ਗਿਆ ਅਤੇ ਉਹ ਮਰ ਗਏ। ਜਿਹੜੇ ਜੀ ਗਊ ਸੀ ਬਾੜੀਏ ਦੀ, ਉਹਨੇ ਰੌਲਾ ਪਾ ਲਿਆ, ਹੋਰ ਇਕੱਠੇ ਹੋ ਗਏ ਵੀ ਅਸੀਂ ਤਾਂ ਰਾਜੇ ਕੋਲ ਜਾਵਾਂਗੇ, ਸ਼ਿਕਾਇਤ ਕਰਾਂਗੇ। ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਵਾਹਿਗੁਰੂ ਕਹਿ ਕੇ ਛਿੱਟਾ ਮਾਰਿਆ, ਉਠਾ ਕੇ ਤੋਰ
ਨਾਮਦੇਵ ਜੀ ਬੰਦਗੀ ਕਰ ਰਹੇ ਨੇ ਉਹਦੇ ਕੰਢੇ ਦੇ ਉੱਤੇ ਜਮਨਾ ਦੇ। ਇੱਕ ਬੀਬੀ ਦਾ ਪਤੀ ਮਰ ਗਿਆ, ਉਹ ਸਤੀ ਹੋਣ ਵਾਸਤੇ ਜਾ ਰਹੀ ਹੈ, ਗਹਿਣੇ ਪਾਏ ਹੋਏ ਨੇ, ਉਹਨੇ ਜਨਾਜ਼ਾ ਰੋਕਤਾ, ਕਹਿੰਦੇ ਮੈਂ ਸੰਤਾਂ ਨੂੰ ਮੱਥਾ ਟੇਕਿਆ ਵਾ। ਜ਼ਿਆਦਾ ਕਿ ਉਹ ਗਹਿਣੇ ਖੜ ਕੇ ਮੱਥਾ ਟੇਕਿਆ, ਉਹ ਸਮਾਧੀ ਵਿੱਚ ਸੀ, ਨੇਤਰ ਖੁਰਲੇ ਬੀਬੀ ਵੱਲ ਚੱਕ ਕੇ ਹੀ ਨਹੀਂ ਨਾਲੇ ਨਾਲੇ, ਕਹਿੰਦੇ ਬੀਬੀ ਸੁਹਾਗ ਮਾਣ, ਬੜੀ ਖੁਸ਼ ਹੋਈ, ਜਾ ਕੇ ਹਾਥੀ ਮੰਗਾ ਲਈ, ਕਹਿੰਦੀ ਮਹਾਰਾਜ ਮੇਰਾ ਸਵਾਗਤ ਆ ਪਿਆ। ਕੁਛ ਥੋੜ੍ਹੀ ਚਿੰਤਾ ਹੋਈ, ਅੰਦਰੋਂ ਆਵਾਜ਼ ਆਈ, ਕਹਿੰਦੇ ਕਾਹਨੂੰ ਚਿੰਤਾ ਕਰਦਾ, ਹਰੇ ਰਾਮ ਕਹਿ ਕੇ ਛਿੱਟਾ ਮਾਰ, ਮੋਢੇ ਤੋਂ ਫੜ ਕੇ ਬਿਠਾ ਦੇ। ਉਹ ਬਿਠਾ ਤਾ, ਉਸੇ ਗੱਲ ਦਾ ਰੌਲਾ ਪਿਆ ਸੀ ਜਿਹੜਾ ਗਊ ਮਰੀ ਹੋਈ ਜਿਉਂਦੀ ਕਰਾਉਂਦਾ ਸੀਗਾ। ਸੋ ਇਸ ਤਰ੍ਹਾਂ ਬੇਅੰਤ ਮਸਾਲਾ ਸਾਧ ਸਿੰਘ ਜੀ। ਬਾਬਾ ਅਟਲ ਖੇਡਦਾ ਸੀ, ਬਾਰੀ ਰਹਿ ਗਈ ਮੋਹਨ ਦੇ ਸਿਰ, ਉਹਦਾ ਸੱਪ ਲੜ ਗਿਆ। ਦੂਏ ਦਿਨ ਜਦ ਖੇਡ ਦਾ ਮੌਕਾ ਆਇਆ, ਕਹਿੰਦੇ ਵੀ ਉਹ ਨਹੀਂ ਆਇਆ, ਉਹਦੇ ਸਿਰ ਪਿੱਤ ਸੀ, ਚਲੋ ਉਹਦੇ ਘਰ ਨੂੰ ਚਲੀਏ। ਘਰ ਚਲੇ ਗਏ ਅਤੇ ਜਾ ਕੇ ਕਹਿਣ ਲੱਗੇ ਵੀ ਉਹਨੂੰ ਭੇਜੋ, ਮੇਰੀ ਪਿੱਤ ਰਹਿੰਦੀ ਹੈ। ਉਹ ਕਹਿੰਦੇ ਜੀ ਉਹ ਤਾਂ ਗਾੜੀ ਨੀਂਦ ਸੌਂ ਗਿਆ, ਤੁਸੀਂ ਉਠਾਲ ਲਓ ਤਾਂ ਉਠਾਲ ਲਓ। ਉਹ ਜਾ ਕੇ ਉਹਨਾਂ ਨੇ ਖੁੰਡੀ ਪਾਈ, ਕਹਿੰਦੇ ਉੱਠ ਤੂੰ ਪਿੱਤ ਦੇਣ ਦਾ ਮਹਾਰਾਜ ਸੱਦਾ ਪਿਆ, ਬਹਾਨਾ ਕਰ ਲੈ। ਉੱਠ ਕੇ ਬਹਿ ਗਿਆ। ਗੁਰੂ ਛੇਵੇਂ ਪਾਤਸ਼ਾਹ ਨੂੰ ਜਦ ਪਤਾ ਲੱਗਿਆ, ਉਹ ਕਹਿੰਦੇ ਇਹ ਤਾਂ ਹੀ ਕਰਿਆ, ਕੱਲ੍ਹ ਮੁਗਲ ਬਾਦਸ਼ਾਹ ਸਾਰੇ ਆਪਣੇ ਬੱਚਿਆਂ ਨੂੰ ਲਿਆ ਕੇ ਇੱਥੇ ਸੁਰੱਖ ਦੇਣਗੇ, ਕੌਣ ਜਿਉਂਦੇ ਕਰੂਗਾ? ਹੁਣ ਦੋਹਾਂ 'ਚੋਂ ਆਪਾਂ ਤੋਂ ਇੱਕ ਰਹੂਗਾ, ਜਾਂ ਤੂੰ ਰਹਿ ਜਾ ਮੈਂ ਰਹਿਣਾ। ਬਾਬੇ ਅਟਲ ਨੇ ਉੱਥੇ ਜਾ ਕੇ ਜਿੱਥੇ ਬਣਿਆ ਹੋਇਆ ਬਾਬੇ ਅਟਲ ਦਾ ਦਿਓਰਾ, ਉੱਥੇ ਜਾ ਕੇ ਸਰੀਰ ਛੱਡ ਦਿਓ। ਇਹ ਗੁਰੂ ਘਰ ਦੇ ਅੰਦਰ ਆਮ ਮਸਾਲਾ ਆਉਂਦੀਆਂ ਸਾਰਸਾ ਜੀ, ਕੋਈ ਐਸੀ ਬਾਤ ਨਹੀਂ ਹੈਗੀ। ਫਿਰ ਇਹ ਦੂਜਾ ਤਰੀਕਾ ਹੋ ਗਿਆ, ਗੁਰੂ ਸੱਤਵੇਂ ਪਾਤਸ਼ਾਹ ਵੇਲੇ ਬ੍ਰਾਹਮਣ ਦਾ ਲੜਕਾ ਲਿਆਉਂਦਾ, ਉਹ ਸਾਰੇ ਮਸੰਦ ਕਹਿਣ ਮਹਾਰਾਜ ਜਿਉਂਦਾ ਕਰ ਦਿਓ। ਮਹਾਰਾਜ ਕਹਿੰਦੇ ਪਤਾ ਕੀ ਹੋਇਆ ਬਾਬੇ ਅਟਲ ਨਾਲ ਅਤੇ ਬਾਬਾ ਗੁਰਦਿੱਤਾ ਜੀ ਨਾਲ? ਉਹਨਾਂ ਨੂੰ ਜਾਣਾ ਪਿਆ, ਜਿਹੜਾ ਜਾਣ ਨੂੰ ਤਿਆਰ ਹੈ ਉਹਦੀ ਆਪਣੀ ਜਾਨ ਦੇ ਕੇ ਇਹਨੂੰ ਜਿਉਂਦਾ ਕਰ ਦੇਵੇ। ਭਾਈ ਜੀਵਨ, ਭਾਈ ਗੋਰੇ ਦਾ ਛੋਟਾ ਭਾਈ, ਉਸਨੇ ਬਾਹਰ ਜਾ ਕੇ ਆਪਣੇ ਪ੍ਰਾਣ ਛੱਡ ਦਿੱਤੇ ਅਤੇ ਮਹਾਰਾਜ ਨੇ ਉਹ ਜਿਉਂਦਾ ਹੋ ਗਿਆ। ਮਹਾਰਾਜ ਕਹਿੰਦੇ ਮੇਰਾ ਕਿਹੜਾ ਪੁੱਤਰ ਹੈ ਜਿਹਨੇ ਇਹਨੂੰ ਜਿਉਂਦਾ ਕੀਤਾ? ਪਤਾ ਲੱਗਿਆ ਕਿ ਇਹ ਭਾਈ ਜੀਵਨ ਨੇ ਸਰੀਰ ਛੱਡਤਾ ਮਹਾਰਾਜ। ਸੋ ਇਸ ਤਰ੍ਹਾਂ ਦੀਆਂ ਮਸਾਲਾਂ ਆਉਂਦੀਆਂ ਨੇ, ਵੈਸੇ ਵੀ ਕਰ ਦਿੰਦੇ ਨੇ, ਸਰੀਰ ਛੱਡਣ ਦੀ ਲੋੜ ਨਹੀਂ। ਇਹ ਇੱਕ ਵਿਗਿਆਨ ਸੀਗਾ ਪਹਿਲੇ ਜ਼ਮਾਨਿਆਂ 'ਚ, ਹੁਣ ਵੀ ਜਾਣਦੇ ਨੇ ਜਿਹੜੇ ਯੋਗੀ ਨੇ। ਇਹ ਦੋ ਵਿਗਿਆਨ ਨੇ, ਇੱਕ ਸੂਰਜ ਵਿਗਿਆਨ ਹੈ, ਇੱਕ ਪ੍ਰਾਣ ਵਿਗਿਆਨ। ਇੱਕ ਐਸਾ ਵਿਗਿਆਨ ਹੈ ਦੂਜੇ ਦੇ ਸਰੀਰ ਵਿੱਚ ਜਾ ਕੇ ਉਹਨੂੰ ਜਿਉਂਦਾ ਕਰ ਦੇਣਾ। ਸਵਾਮੀ ਜੀ ਲਿਖਦੇ ਨੇ ਆਪਣੀ ਕਿਤਾਬਾਂ 'ਚ, ਕਹਿੰਦੇ ਮੈਂ ਬੈਠਾ ਸੀ ਅਤੇ ਇੱਕ ਯੋਗੀ ਸੀ, ਕਹਿੰਦੇ ਉਹ ਗੱਲਬਾਤ ਸਾਡੀ ਚੱਲ ਰਹੀ ਸੀ। ਉਹ ਕਹਿੰਦਾ ਵੀ ਮੈਂ ਸਰੀਰ ਛੱਡਣਾ। ਉਹ ਕਹਿੰਦੇ ਕਿਵੇਂ ਛੱਡੇਗਾ? ਕਹਿੰਦਾ ਵੀ ਤੁਹਾਡੇ ਸਾਹਮਣੇ ਛੱਡ ਜਾ। ਕਹਿੰਦਾ ਮੌਤ ਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗਿਆ, ਇਹ ਮਰੇ ਹੋਏ ਨੂੰ ਜਿਉਂਦਾ ਵੀ ਕਰ ਦਿੰਦੇ ਨੇ। ਕਹਿੰਦਾ ਜਾ ਇੱਥੋਂ ਕੋਈ ਕੀੜਾ ਫੜ ਕੇ ਲਿਆ, ਕੀੜਾ ਲਿਆਂਦਾ ਉਹ ਤਿੰਨ ਟੁਕੜੇ ਕਰਦੇ, ਦਸ ਦਸ ਫੁੱਟ ਇੱਧਰ ਸੜਦਾ, ਇੱਧਰ ਸੜਦਾ, ਇੱਧਰ ਸੜਦਾ। ਉਹ ਬੈਠ ਕੇ ਸਮਾਧੀ ਲਾ ਗਿਆ। ਤੜਕ ਦੀ ਆਵਾਜ਼ ਆਈ ਸਿਰ 'ਚੋਂ, ਕੀ ਦੇਖਦੇ ਨੇ ਉਹ ਜਿਹੜਾ ਇੱਧਰਲਾ ਕੀੜਾ ਹੈ ਉਹ ਵੀ ਤੁਰਿਆ ਆ ਰਿਹਾ, ਇੱਧਰਲਾ ਵੀ ਤਿੰਨ ਇੱਕ ਸੀਗਾ, ਤਿੰਨ ਪੂਰਾ ਸਰੀਰ ਹੋ ਕੇ ਕਹਿੰਦੇ ਮੇਰੇ ਸਾਹਮਣੇ ਤੁਰਨ ਲੱਗ ਗਿਆ। ਇਹ ਕਿਰਿਆ ਆਮ ਹੈ, ਗੁਰੂਆਂ ਦੇ ਉੱਤੇ ਕਿਉਂ ਸ਼ੱਕ ਕਰਦੇ ਨੇ? ਫਿਰ ਗੁਰੂ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਜੀ ਗੁਰੂ ਸਾਹਿਬ ਨੇ ਸ਼ਕਤੀ ਨਹੀਂ ਦਿਖਾਈ। ਜਦ ਗੁਰੂ ਮਹਾਰਾਜ ਜੀ ਨਾਹਰ ਗਏ, ਉੱਥੇ ਗੁਰਸਿੱਖ ਸ਼ਹਿਰ ਦੇਖਣ ਚਲੇ ਗਏ, ਉੱਥੇ ਇੱਕ ਮੰਦਰ ਸੀ, ਉੱਥੇ ਬਹੁਤ ਕਬੂਤਰ ਸੀ, ਉੱਥੇ ਕਬੂਤਰ ਪੈਰ ਥੱਲੇ ਆ ਗਿਆ, ਮਰ ਗਿਆ। ਉਹਨਾਂ ਨੇ ਰੌਲਾ ਪਾ ਲਿਆ, ਲੜਾਈ ਤੱਕ ਗੱਲ ਆ ਗਈ ਅਤੇ ਉੱਥੇ ਦਾ ਹਾਕਮ ਵੀ ਆ ਗਿਆ, ਗੁਰੂ ਸਾਹਿਬ ਵੀ ਆ ਗਏ। ਕਹਿੰਦੇ ਕਾਹਦਾ ਰੌਲਾ ਪਾਉਂਦੇ ਹੋ? ਕਹਿੰਦੇ ਇਹਦੀ ਆਈ ਹੋਈ ਸੀ। ਕਹਿੰਦੇ ਜੇ ਇਹਦੀ ਆਈ ਹੋਈ ਸਵੇਰੇ ਇਹਨਾਂ ਦੀ ਵੀ ਆ ਜਾਵੇ ਮਹਾਰਾਜ? ਕਹਿੰਦੇ ਇਹਨਾਂ ਦੀ ਵੀ ਆ ਜਾਂਦੀ, ਉਹ ਸਾਰੇ ਹੀ ਮਰ ਗਏ। ਉਹਨਾਂ ਨੇ ਕਿਹਾ ਵੀ ਇਹ ਤਾਂ ਕੋਈ ਬਹੁਤ ਸਮਰੱਥ ਪੁਰਸ਼ ਆ ਗਏ, ਚਰਨ ਫੜ ਲਏ ਕਿ ਮਹਾਰਾਜ ਕਬੂਤਰ ਜਿਉਂਦੇ ਕਰ ਦਿਓ। ਮਹਾਰਾਜ ਕਹਿੰਦੇ ਇਹ ਤਾਂ ਜਿਉਂਦੇ ਹੀ ਨੇ। ਕਹਿੰਦੇ ਉੱਠ ਖੜੋ, ਸਾਰੇ ਉੱਠ ਖੜੇ, ਜਿਹੜਾ ਗੁਰਸਿੱਖ ਦੇ ਪੈਰ ਨਾਲ ਮਰਿਆ ਸੀ ਉਹ ਨਾ ਉੱਠਿਆ। ਕਹਿੰਦੇ ਇਹਦੀ ਮੌਤ ਆਈ ਹੋਈ ਸੀ ਇਹਦੇ ਪੈਰ 'ਤੇ। ਬਾਬਾ ਫਰੀਦ ਤਪ ਕਰਕੇ ਵਾਪਸ ਆ ਰਹੇ ਨੇ,
ਚਿੜੀਆਂ ਬੋਲ ਰਹੀਆਂ ਨੇ, ਕਹਿੰਦੇ ਮਰ ਜਾਓ ਚਿੜੀਆਂ ਸਾਰੀਆਂ ਮਰ ਗਈਆਂ। ਖਿਆਲ ਆਇਆ ਵੀ ਮੈਂ ਐਵੇਂ ਮਾਰਤੀਆਂ, ਕਹਿੰਦੇ ਉੜ ਜਾਓ ਸਾਰੀਆਂ ਉੜ ਗਈਆਂ। ਇਹ ਕੋਈ ਵੱਡੀ ਬਾਤ ਨਹੀਂ, ਜਿਹੜਾ ਇਹਨੂੰ ਲਈ ਫਿਰਦੇ ਨੇ, ਕਿਤਾਬਾਂ ਛਾਪੀ ਜਾਂਦੇ ਨੇ, ਅਖਬਾਰਾਂ 'ਚ ਕੱਢੀ ਜਾਂਦੇ, ਗੁਰੂ ਸਾਹਿਬ ਨੂੰ ਸਮਝਦੇ ਕੀ ਨੇ? ਸੋ ਐਸਾ ਨਹੀਂ ਹੈ, ਗੁਰੂ ਸਾਹਿਬ ਨੇ ਸਾਰਿਆਂ ਦੇ ਸੀਸ ਲਏ, ਉਹਦੇ ਬਾਅਦ ਇੱਕ ਆਦਰਸ਼ ਉਹਨਾਂ ਦੇ ਵਿੱਚ ਇੰਜੈਕਟ ਕਰਿਆ, ਜਿਹਨੂੰ ਖਾਲਸਾ ਆਦਰਸ਼ ਕਹਿੰਦੇ, ਜਿਹੜਾ ਮੈਂ ਪਹਿਲਾਂ ਦੱਸ ਕੇ ਆ ਗਿਆ। ਮਹਾਂਪੁਰਸ਼ਾਂ ਨੇ ਆਮ ਆਉਂਦੀਆਂ ਨੇ, ਈਸਾ ਜੀ ਦਾ ਲਾਰਜਸ ਨਾਮ ਦਾ ਇੱਕ ਸਿੱਖ ਸੀਗਾ, ਉਹ ਮਰ ਗਿਆ। ਘਰ ਵਾਲਿਆਂ ਨੇ ਬਹੁਤ ਮਿੰਨਤਾਂ ਕਰੀਆਂ, ਉਹਨਾਂ ਨੇ ਉਹ ਜਿਉਂਦਾ ਕਰਤਾ। ਤੁਹਾਡੇ ਹੁਣ ਦੀ ਮੈਂ ਮਿਸਾਲ ਦੱਸਦਾ ਕਿ ਇੱਥੇ ਜੈਤੋਂ ਬਾਬਾ ਜਵਾਲਾ ਸਿੰਘ ਜੀ ਗਏ ਹਰਖੋਵਾਲ ਵਾਲੇ, ਉੱਥੇ ਗਏ ਤਾਂ ਉਹ ਬੀਬੀ ਬਹੁਤ ਬਿਮਾਰ ਸੀ, ਉਹ ਜਿਹੜਾ ਉਹਦਾ ਪਤੀ ਸੀ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਕਿਰਪਾ ਕਰੋ ਕਿਰਪਾ ਕਰੋ, ਕਹਿੰਦੇ ਕਿਰਪਾ ਤਾਂ ਹੈ, ਤੇਰੀ ਉਮਰ 20 ਸਾਲ ਵੱਜਦੀ ਹੈ, 10 ਤੂੰ ਦੇ ਦੇ, ਇਹ 10 ਸਾਲ ਇਕੱਠੇ ਚੜ੍ਹਾਈ ਕਰ ਜਾਓਗੇ, ਅਰਦਾਸ ਆਪਾਂ ਕਰ ਦਿੰਦੇ ਹਾਂ। ਅਰਦਾਸ ਕਰਤੀ ਬਾਬਾ ਜੀ ਨੇ, ਉਹ ਜਿਉਂਦੀ ਹੋ ਗਈ, 10 ਸਾਲ ਬਾਅਦ ਦੋਵੇਂ ਇਕੱਠੇ ਚੜ੍ਹਾਈ ਕਰ। ਸੋ ਇਸ ਗੱਲ ਦੇ ਉੱਤੇ ਹੀ ਲੈ ਕੇ ਬਹਿ ਜਾਣਾ, ਗੁਰੂ ਸਾਹਿਬ ਨੂੰ ਇੱਕ ਆਮ ਮਨੁੱਖ ਬਣਾ ਦੇਣਾ, ਫਿਰ ਸਾਡੀ ਸਰਧਾ ਕਾਹਦੀ ਰਹਿ ਗਈ? ਸਤਿਗੁਰ ਮੇਰਾ ਮਾਰ ਜਵਾਲੇ, ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਸੁਚੇਤ ਕਰ ਦਿੱਤਾ। ਦੂਸਰਾ ਦਿਨ ਆ ਗਿਆ, ਸਤਲੁਜ ਦਾ ਜਲ ਮੰਗਾਇਆ, ਉਹਦੇ ਵਿੱਚ ਕਰਨਾ ਕੀ ਸੀ ਮਹਾਰਾਜ ਨੇ, ਉਸ ਜਲ ਦੇ ਵਿੱਚ ਪਹਿਲੇ ਜ਼ਮਾਨਿਆਂ ਦੇ ਅੰਦਰ ਜਿਹੜੇ ਸ਼ਕਤੀਆਂ ਹੁੰਦੀਆਂ ਉਹ ਯੱਗ ਕਰਦੇ ਸੀ, ਅੱਗ ਬਾਲ ਲੈਂਦੇ ਸੀਗੇ, ਬਣਾਇਆ ਹੁੰਦਾ ਥਾਂ, ਉਹਦੇ 'ਚ ਹੂਤੀਆਂ ਦਿੰਦੇ ਸੀਗੇ, ਉਹ ਵਿੱਚੋਂ ਸ਼ਕਤੀ ਕੱਢ ਲੈਂਦੇ ਸੀ, ਆਦਮੀ ਦਾ ਰੂਪ, ਰਾਕਸ਼ ਦਾ ਰੂਪ। ਗੁਰੂ ਮਹਾਰਾਜ ਜੀ ਨੇ ਨਵਾਂ ਤਜਰਬਾ ਕਰਿਆ, ਬਾਣੀ ਅਤੇ ਸ੍ਰੀ ਸਾਹਿਬ ਦੇ ਸੁਮੇਲ ਨਾਲ ਉਹ ਆਦਰਸ਼ ਪੈਦਾ ਕਰਿਆ ਜਿਹੜਾ ਕਿਸੇ ਅੱਗੇ ਝੁਕਦਾ ਹੀ ਨਹੀਂ, ਚੜ੍ਹਦੀ ਕਲਾ 'ਚ ਰਹੇ, ਉਹ ਆਦਰਸ਼ ਪਾਣੀ ਦੇ ਰਾਹੀਂ ਪੜਾਇਆ। ਅਤੇ ਕਹਿੰਦਾ ਖਿਲਾਤਾ ਜੀ ਕਿਸੇ ਨੇ ਕੁਛ ਪਤਾ ਨਹੀਂ ਕੀ ਕਰਤਾ, ਪ੍ਰਸ਼ਾਦ ਦਿੱਤਾ ਸੀ, ਮੰਤਰਿਆ ਹੋਇਆ ਦੇਤਾ, ਇਹ ਜਲ ਮੰਤਰਿਆ ਗਿਆ ਜਪ ਮਹਾਰਾਜ ਨੇ ਬਾਣੀ ਪੜ੍ਹੀ, ਉਹਦੇ ਵਿੱਚ ਉਹ ਸ਼ਕਤੀ ਜਿਹੜੀ ਸ੍ਰੀ ਸਾਹਿਬ ਦੀ ਔਰ ਬਾਣੀ ਦੀ ਸੀ ਉਹ ਸੁਮੇਲ ਹੋ ਕੇ ਪੰਜਾਂ ਪਿਆਰਿਆਂ 'ਚ ਇੰਜੈਕਟ ਕਰ। ਮਹਾਰਾਜ ਨੇ ਕਿਹਾ ਸੀ ਖਾਲਸਾ ਆਦਰਸ਼ ਇਹ ਹੈਗਾ, ਬਿਲਕੁਲ ਸੁੱਚਾ ਮਨੁੱਖ, ਦੇਵਤੇ ਇਹਦੇ ਪਿੱਛੇ ਹੋਣਗੇ, ਛੋਟੇ ਹੋਣਗੇ, ਇਹ ਬ੍ਰਹਮ ਗਿਆਨੀ ਹੋਏਗਾ। ਉਸ ਵੇਲੇ ਮਹਾਰਾਜ ਨੇ ਬ੍ਰਹਮ ਗਿਆਨ ਦ੍ਰਿੜ ਕਰਾ ਦਿੱਤਾ, ਨੇਤਰ ਖੋਲ ਦਿੱਤੇ, ਜਿਹੜੇ ਸਾਡੇ ਬੰਦ ਆ ਸਾਨੂੰ ਵਾਹਿਗੁਰੂ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਪੂਰਾ ਬ੍ਰਹਮ ਗਿਆਨੀ ਬਣਾ ਕੇ ਆਪਦੇ ਬਰਾਬਰ ਕਰ ਲਿਆ ਗੁਰੂ ਮਹਾਰਾਜ ਨੇ। ਅਤੇ ਨਾਲ ਉਹਨਾਂ ਨੇ ਕਿਹਾ ਵੀ ਇਹ ਪੂਰਨ ਪੁਰਖ ਹੈ, ਮੇਰਾ ਅਤੇ ਇਹਦਾ ਹੁਣ ਕੋਈ ਫਰਕ ਨਹੀਂ ਰਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋਨਵਾ। ਉਸ ਵੇਲੇ ਆਪਣੇ ਕਿਹਾ ਭਾਈ ਹੁਣ ਸਾਰੀ ਸੰਗਤ ਇਸ ਅੰਮ੍ਰਿਤ ਨੂੰ ਛਕੋ, ਅੱਜ ਦੇ ਦਿਨ ਗੁਰੂ ਮਹਾਰਾਜ ਜੀ ਨੇ ਐਸਾ ਕੌਤਕ ਦੁਨੀਆਂ ਦੇ ਉੱਤੇ ਕੀਤਾ ਜਿਹੜਾ ਸਦਾ ਹੀ ਯਾਦ ਰਹੇਗਾ। ਐਂ ਪੜ੍ਹ ਲਓ,
ਅੱਜ ਦੇ ਦਿਨ 300 ਸਾਲ ਪਹਿਲਾਂ ਅਮਰ ਛਕਾਇਆ। ਸ਼ਾਮ ਤੱਕ ਕਈ ਜਥੇ ਬਣ ਗਏ ਪੰਜ ਪਿਆਰਿਆਂ ਦੇ, ਇਕੱਲੇ ਇਕੱਲੇ ਪੰਜ ਪਿਆਰਿਆਂ ਦੇ ਪੰਜ ਜਥੇ ਬਣ ਗਏ। ਅੰਮ੍ਰਿਤ ਛਕਦੇ ਗਏ, ਜਥੇ ਵੱਧਦੇ ਗਏ। ਐਸਾ ਰਿਪੋਰਟ ਦੇ ਵਿੱਚ ਹੈ ਵੀ 20,000 ਸਿੰਘ ਨੇ ਅੰਮ੍ਰਿਤ ਛਕ ਲਿਆ ਅੱਜ ਦੇ ਦਿਨ। ਹੁਣ ਵੀ ਇਸੇ ਚਾਅ ਨਾਲ ਸਾਰੇ ਛਕ ਰਹੇ ਨੇ। 300 ਸਾਲ ਹੋ ਚੁੱਕਿਆ। ਮੈਨੂੰ ਟੈਲੀਫੋਨ ਆਇਆ ਅੱਜ UP ਤੋਂ ਆਪਣੇ ਜਥੇ ਦਾ, ਗੁਰਦੀਪ ਸਿੰਘ ਦਾ। ਉਹ ਕਹਿੰਦਾ ਜੀ ਕੱਲ੍ਹ 3,500 ਨੂੰ ਅੰਮ੍ਰਿਤ ਛਕਾਇਆ ਸੀ, ਅੱਜ ਅਸੀਂ 4,500 ਨੂੰ ਛਕਾ ਰਹੇ ਹਾਂ, 8,000 ਹੋ ਗਿਆ 2 ਦਿਨ। ਮੈਨੂੰ ਪਿਛਲੇ ਹਫ਼ਤੇ ਆਇਆ ਵੀ 1,300 ਨੂੰ ਅਸੀਂ ਅੰਮ੍ਰਿਤ ਛਕਾਤਾ, 300 ਨੂੰ ਕੱਲ੍ਹ ਨੂੰ ਛਕਾਵਾਂਗੇ। 9,000 ਹੋ ਗਿਆ, 300 ਉੱਤੇ ਹੋ ਗਿਆ। ਇੱਥੇ ਆ ਪਿਛਲੇ 10 ਦਿਨਾਂ ਦੇ ਅੰਦਰ ਆਪਣੇ ਜਥਿਆਂ ਨੇ ਮੇਰਾ ਖਿਆਲ 1,300-1,400 ਨੂੰ ਇੱਥੇ ਅੰਮ੍ਰਿਤ ਛਕਾਤਾ। ਅਥਵਾ ਇੱਕ ਹਫ਼ਤੇ 'ਚ ਜਾਂ 2 ਹਫ਼ਤਿਆਂ 'ਚ 12,000-13,000 ਸਿੰਘਾਂ ਨੂੰ ਅੰਮ੍ਰਿਤ ਛਕਾਇਆ। ਸਾਰੇ ਬੜੇ ਸ਼ੌਕ ਨਾਲ ਸਿੱਖੀ ਧਾਰਨ ਕਰ ਰਹੇ ਨੇ ਅਤੇ ਅੰਮ੍ਰਿਤ ਛਕ ਰਹੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਹੁਕਮ ਕਰਿਆ ਕਿ ਪਿਆਰਿਓ ਤੁਸੀਂ ਅੰਮ੍ਰਿਤ ਛਕ ਲਓ। ਸਾਰੇ 20,000 ਨੇ ਅੰਮ੍ਰਿਤ ਛਕਿਆ। 4 ਵਰਨਾਂ ਨੂੰ ਗੁਰੂ ਮਹਾਰਾਜ ਨੇ ਇਕੱਠਾ ਕਰਤਾ, ਇਹਦੇ ਨਾਲ ਸਾਰਾ ਸਮਾਜ ਪਾਟਿਆ ਪਿਆ ਸੀ। ਇੰਨਾ ਪਾਟਿਆ ਹੋਇਆ ਸੀ ਅਤੇ ਇੱਕ ਦੂਜੇ ਦੇ ਹੱਥ ਲੱਗੇ ਅਤੇ ਰੋਟੀ ਨਹੀਂ ਸੀ ਖਾਂਦੇ। ਪਰ ਅੰਮ੍ਰਿਤ ਵਿੱਚ ਕੌਣ ਸੀ? ਅੰਮ੍ਰਿਤ ਵਿੱਚ ਛੋਟੀਆਂ ਜਾਤਾਂ ਸੀ, ਨਾਈ ਵੀ ਸੀ, ਛਿੰਬੇ ਵੀ ਸੀ, ਝਿਉਰ ਵੀ ਸੀ, ਜੱਟ ਵੀ ਸੀ, ਖੱਤਰੀ ਸੀ। ਖੱਤਰੀ ਤਾਂ ਇੱਕੋ ਸੀ, ਬਾਕੀ ਨੂੰ ਤਾਂ ਅਛੂਤ ਹੀ ਕਹਿੰਦੇ ਨੇ। ਰਾਜੇ ਜਿਸ ਵਕਤ ਰਵਾਲ ਸਰ ਇਕੱਠ ਹੋਇਆ, ਮਹਾਰਾਜ ਨੇ ਪਹਾੜੀ ਰਾਜਿਆਂ ਨੂੰ ਕਿਹਾ ਤੁਸੀਂ ਅੰਮ੍ਰਿਤ ਛਕ ਲਓ, ਤੁਹਾਨੂੰ ਰਾਜ ਪੱਕੇ ਹੋ ਜਾਣਗੇ ਤੁਹਾਡੇ। ਕਹਿੰਦੇ ਮਹਾਰਾਜ ਛਕ ਤਾਂ ਲੈਂਦੇ ਹਾਂ, ਪਰ 2 ਅੰਮ੍ਰਿਤ ਬਣਾ ਦਿਉ। ਸਾਡਾ ਉੱਚੀ ਜਾਤੀਆਂ ਦਾ ਹੱਡ ਕਰ ਦਿਉ ਅਤੇ ਛੋਟੀਆਂ ਦਾ ਹੱਡ ਕਰ। ਦੂਜਾ ਕਹਿੰਦੇ ਕਛਹਿਰੇ ਨਾ ਪਾਓ, ਸਾਨੂੰ ਧੋਤੀਆਂ ਰਹਿਣ। ਇਸ ਗੱਲ 'ਤੇ ਮਹਾਰਾਜ ਕਹਿੰਦੇ ਜਾਓ, ਮੈਂ ਇਹਨਾਂ ਤੋਂ ਰਾਜ ਕਰਾਊਂਗਾ, ਇਹਨਾਂ ਨੂੰ ਤੁਸੀਂ ਡੋਲੇ ਲੈ ਲੈ ਮਿਲੋਗੇ ਜਿਹਨਾਂ ਨੂੰ ਤੁਸੀਂ ਅੱਜ ਨਫ਼ਰਤਾਂ ਕਰਦੇ। ਗੁਰੂ ਮਹਾਰਾਜ ਨੇ ਜਾਤ ਪਾਤ ਬਿਲਕੁਲ ਤੋੜ ਦਿੱਤੀ। ਇੱਕ ਵਾਰੀ ਮੇਰੇ ਮਨ 'ਚ ਆ ਗਿਆ, ਬਹੁਤ ਪੁਰਾਣੀ ਗੱਲ ਹੈ ਇਹ, 60 ਸਾਲ ਤੋਂ ਵੀ ਵੱਧ, 35-36 ਦੀ ਬਾਤ ਹੈ, 37 3 ਸਾਲ ਹੋ ਗਏ, 40 ਤੋਂ 50 ਹੋ ਗਏ, 53-9 ਹੋ ਗਏ, 62 ਸਾਲ ਦੀ ਗੱਲ ਦਾ। ਉਸ ਵੇਲੇ ਜਾਤ ਪਾਤ ਇੰਨੀ ਸੀ ਨਾ, ਉਹ ਜੇ ਹੱਥ ਲੱਗ ਜਾਵੇ ਫਿਰ ਹੱਥ ਧੋ ਕੇ ਜਾਂ ਨਹਾ ਕੇ ਰੋਟੀ ਖਾਂਦੇ ਸੀ, ਅਸੀਂ ਖੇਡਦੇ ਫਿਰਦੇ ਸੀ। ਮੇਰੇ ਕੋਲ ਸੀ ਦਾਣੇ, ਸਕੂਲ ਤੋਂ ਆਇਆ ਸੀ, ਆਥਣੇ ਖੇਡਣ ਲੱਗ ਗਏ ਲੁਕ ਲੁਕ ਕੇ। ਉਹ ਬਾਬੂ ਰਾਮ ਸਿੰਘ ਬਾਬੂ ਖਾਨ ਸੀਗਾ, ਮੈਂ ਉਹਨੂੰ ਹੱਥ ਲਾ ਤਾ, ਨਾਲੇ ਮੈਂ ਦਾਣੇ ਪਾ ਲਏ ਮੂੰਹ 'ਚ। ਉੱਥੇ ਸਾਡੇ ਘਰਾਂ 'ਚ ਭੂਆ ਜਾਂਦੀ ਸੀ, ਉਹਨੇ ਆ ਕੇ ਜ਼ੋਰ ਦੀ ਹੱਥ ਮਾਰਿਆ, ਮੇਰੇ ਸਾਰੇ ਦਾਣੇ ਸੁੱਟੇ, ਸੁਟਾ ਤੇ ਮੇਰੇ ਉੱਤੇ ਘੜਾ ਪਾ ਤਾ ਪਾਣੀ ਦਾ। ਮੈਂ ਕਿਹਾ ਇਹ ਕਰਦੀਆਂ ਭੂਆ, ਕਹੀਂ ਤੂੰ ਤਾਂ ਪਿੱਟਿਆ ਗਿਆ।
ਇੰਨਾ ਜ਼ਿਆਦਾ ਸੀ ਸਤਸੰਗ ਜੀ, ਜੇ ਹੁਣ ਤੁਸੀਂ ਹਿਸਾਬ ਲੈ ਲਓ ਕਿੰਨੀ ਨਫ਼ਰਤ ਸੀ ਇੱਕ ਦੂਏ ਤੋਂ। ਸਿੱਧ ਚੱਲ ਮੈਂ ਗਿਆ, ਇਹ ਗੱਲ ਵੀ ਉਹੀ ਹੈ ਜਦ 36 ਸੈਂਚੀ ਦੀ। ਮੈਂ ਕਿਹਾ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਣ, ਉਹ ਪਰ ਅਸੀਂ ਤਾਂ ਗਿਣਦੇ ਨਹੀਂ ਹੈਗੇ ਜਾਤਾਂ ਪਾਤਾਂ 'ਚ ਪਏ ਹੋਏ। ਉੱਥੇ ਕਿਸਾਨ ਗਏ ਸੀ ਨਵੇਂ ਨਵੇਂ ਜ਼ਮੀਨਾਂ ਆਬਾਦ ਕਰਦੇ ਸੀ, ਉੱਥੇ ਰਮਦਾਸੀਆਂ ਦੇ ਘਰ ਸੀ। ਮੈਂ ਉਹਨਾਂ ਨੂੰ ਅੰਮ੍ਰਿਤ ਛਕਾਤਾ, ਸਿੰਘ ਬਣ ਗਏ ਸਾਰੇ। ਛਕਾਇਆ ਹੋਇਆ ਤਾਂ ਉਹ ਇੱਕ ਬੂਟਾ ਸਿੰਘ ਸੀ, ਇੱਕ ਦਿਨ ਬੜਾ ਪਿਆਰ ਜਾਇਆ, ਕਹਿੰਦਾ ਭਾਊ ਜੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ। ਮੈਂ ਛਕਾ ਦੇ, ਪੂਰਨਮਾਸ਼ੀ ਦਾ ਦੀਵਾਨ ਲੱਗਿਆ ਹੋਇਆ ਸੀ, ਸਾਰੀ ਰਾਤ ਮੈਂ ਕੀਰਤਨ ਕਰਦਾ ਹੁੰਦਾ, ਸੂਰ ਛੇਵੇਂ ਲੱਗ ਜਾਣਾ, ਸੂਰ ਚੜ੍ਹੇ ਹਟ ਜਾਣਾ। ਉਹ ਕੀਰਤਨ ਦਾ ਭੋਗ ਪੈ ਗਿਆ, ਰਾਸ਼ਨ ਚੱਕ ਲਿਆ ਜਿੱਥੇ ਮੈਂ ਰਹਿੰਦਾ ਸੀ। ਮੈਂ ਵੀ ਇਹ ਕੀ ਗੱਲ, ਕਹਿੰਦਾ ਜੀ ਆਹ ਪ੍ਰਸ਼ਾਦਾ ਬਣਾ ਕੇ ਛੱਕ ਦਿਓ। ਮੈਂ ਆਇਆ ਜਾ ਤਾਂ ਮੈਂ ਖਾਂਦਾ ਹੀ ਨਹੀਂ, ਤੂੰ ਕਿਉਂ ਨਹੀਂ ਬਣਾਉਂਦਾ, ਜਾ ਵਾ ਤੂੰ ਪ੍ਰਸ਼ਾਦਾ ਬਣਾ ਮੈਂ ਛਕੂ। ਸਾਰੇ ਲੋਕ ਇਲਾਕੇ ਦੇ ਆਏ ਹੋਏ, ਉਹ ਪ੍ਰਸ਼ਾਦਾ ਬਣਾਇਆ ਤਾਂ ਡਰੇ ਬਹੁਤ ਵਿਚਾਰਾ, ਨਵੇਂ ਭਾਂਡੇ ਕੱਢੇ, ਨਵਾਂ ਸਾਰਾ ਕੁਛ ਕਰਿਆ। ਉਹ ਛੱਪੜ 'ਚ ਸੀਗਾ ਜਦ ਮੈਨੂੰ, ਮੈਂ ਖਾਣ ਗਿਆ ਛਕਣ ਗਿਆ ਪ੍ਰਸ਼ਾਦਾ, ਉਹਨੇ ਉਹਲੇ ਰਾਤਾ ਬੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਮੈਂ ਕਿਹਾ ਤੂੰ ਆਹ ਲੋਕਾਂ 'ਤੇ ਬਚਾਉਣਾ, ਮੈਨੂੰ ਕੋਈ ਪਤਾ ਨਾ ਲੱਗੇ, ਮੈਂ ਤਾਂ ਬਾਹਰ ਦਰਖਤ ਥੱਲੇ ਬੈਠ ਕੇ ਖਾਊਂਗਾ। ਉਹ ਮੈਂ ਬਾਹਰ ਬਹਿ ਗਿਆ, ਉਹੀ ਜਿਹੜੇ ਸਿੰਘ ਮੇਰੇ ਕੀਰਤਨ ਸੁਣ ਰਹੇ ਸੀ ਉਹ ਜੀ ਇੰਨੇ ਉਹ ਛੋਟੇ ਦਿਲ ਉਹਨਾਂ ਦੇ ਨਿਕਲੇ, ਕਹਿੰਦੇ ਲਓ ਜੀ ਇਹ ਤਾਂ ਪਿੱਟਿਆ ਗਿਆ, ਇਹ ਤਾਂ ਸਿੱਧਮ ਸਿੱਧਾ ਰੋਟੀ ਖਾ ਲਈ। ਸਾਰੇ ਦੇਖਣ ਆਉਂਦੇ ਨੇ, ਤੁਰੇ ਜਾਂਦੇ ਨੇ। 15 ਦਿਨ ਲੰਘੇ, ਮੇਰੇ ਕੋਲ ਆਏ, ਕਹਿੰਦੇ ਤੁਹਾਡਾ ਬਾਈਕਾਟ ਕਰਨਾ। ਮੈਂ ਕਿਹਾ ਕਿਹੜੀ ਗੱਲ 'ਤੇ, ਕਹਿੰਦੇ ਤੁਸੀਂ ਉਹਨਾਂ ਦੇ ਘਰ ਖਾ ਲਿਆ। ਮੈਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਮਾਨਸ ਕੀ ਜਾਤ ਸਭਾ ਇੱਕ ਪਹਿਚਾਣ, ਉਹ ਮੈਂ ਗੁਰੂ ਦਾ ਸਿੰਘ ਬਾਦਸ਼ਾਹ ਦੀ ਹੁਕਮ ਅਦੂਲੀ ਕਿਵੇਂ ਕਰਦਾ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਸਾਰੇ ਇੱਕੋ ਹੀ ਨੇ, ਇੱਥੇ ਪਰਮੇਸ਼ਰ ਆ। ਸਾਰੋ ਜੱਟਾਂ ਵਾਲੀ ਬੁੱਧ ਕਰੀ ਉਹਨਾਂ ਨੇ, ਪਟਲੀ ਫੇਰ 5-7 ਪਟਲੀ ਫੇਰ ਪਿੰਡਾਂ ਦਾ ਇਕੱਠ ਕਰ ਲਿਆ, ਬਹੁਤ ਇਕੱਠ ਹੋ ਗਿਆ, ਇਕੱਠ ਹੋਇਆ। ਮੈਂ ਵੀ ਚਲਿਆ ਗਿਆ, ਉਹ ਵਿਚਾਰੇ ਡਰਦੇ ਰਾਹ 'ਚ ਬੈਠੇ। ਮੈਂ ਕਿਹਾ ਤੁਸੀਂ ਬੈਠੇ ਹੋ, ਕਹਿੰਦੇ ਜੀ ਇਹਨੇ ਬਿਪਤਾ ਖੜੀ ਕਰਤੀ ਤੁਹਾਨੂੰ, ਦੇਖੋ ਹੁਣ ਤੁਹਾਨੂੰ ਬਾਈਕਾਟ ਕਰਨੀ ਹੈ। ਮੈਂ ਕਿਹਾ ਮੇਰਾ ਕੀ ਬਾਈਕਾਟ, ਮੈਂ ਇਕੱਲਾ ਹੀ ਰਹਿਣਾ, ਇੱਥੇ ਨਹੀਂ ਹੋ ਉੱਧਰ ਨੂੰ ਚਲੇ ਜਾਊਂਗਾ। ਇੱਕ ਕਿਵੇਂ ਕਰਨਗੇ, ਨਹਿਰ ਦਾ ਪਾਣੀ ਇਹ ਪੀਂਦੇ ਆ, ਮੈਂ ਪੀਂਦਾ ਪਾਣੀ ਤਾਂ ਬੰਦ ਨਹੀਂ ਕਰ, ਹੋਕਾ ਪਾਣੀ ਕਰਦੇ ਆ, ਹੋਕਾ ਅਸੀਂ ਪੀਂਦੇ ਹੀ ਨਹੀਂ, ਬੰਦ ਕੀ ਹੋਜੂਗਾ ਇੱਥੇ। ਲਓ ਜੀ ਉਹ ਲੈਕਚਰ ਦੇਣ ਲੱਗ ਗਏ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਬੈਠੇ। ਮੈਨੂੰ ਜੋ ਕਹਿੰਦਾ ਜੀ ਬਾਈਕਾਟ ਕਰੋ, ਵੀ ਕੋਈ ਪਾਣੀ ਨਾ ਦੇਵੇ, ਕੋਈ ਖੇਤਾਂ ਨਹੀਂ ਲੰਘਣ ਨਾ ਦੇਵੇ, ਇਹ ਜਿਹਾ ਰੌਲਾ ਰੱਪਾ ਪਾ ਲਿਆ। ਮੈਂ ਕਿਹਾ ਮੈਨੂੰ ਵੀ ਦੋ, ਕਹਿੰਦੇ ਬੋਲਣ ਦੋ ਜੀ ਇਹਨਾਂ ਨੂੰ। ਉਹ ਮੈਂ ਇੱਕ ਘੰਟਾ ਬਹੁਤਾ ਤਾਂ ਨਹੀਂ ਬੋਲਿਆ, ਘੰਟਾ ਬੋਲਦਾ ਰਿਹਾ। ਮੈਂ ਕਿਹਾ ਦੇਖੋ ਰਵਿਦਾਸ ਜੀ ਵਿੱਚ ਬੈਠੇ, ਸਦਨਾ ਇਹਦੇ ਵਿੱਚ ਬੈਠਾ, ਮੁਸਲਮਾਨ ਬਾਬਾ ਫਰੀਦ ਬੈਠਾ, ਤੁਸੀਂ ਮੱਥੇ ਟੇਕਦੇ ਹੋ, ਅਤੇ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਤੁਸੀਂ ਮੈਨੂੰ ਕਿਵੇਂ ਕੱਢ ਦਿਓਗੇ। ਜੇ ਤੁਸੀਂ ਆਪਦੀ ਪੰਚਾਇਤ ਕਰ ਲੈਂਦੇ ਮੈਂ ਪਾਸੇ ਹਟ ਜਾਣਾ ਸੀ। ਹੁਣ ਨਹੀਂ ਕੋਈ ਸਿੱਖੀ ਤਾਂ ਕਹਿੰਦੀ ਆ ਵੀ ਮਾਨਸ ਸਭ ਇੱਕੋ ਹੀ ਹੈ, ਸਭੇ ਸਾਂਝੀ ਬਾਲ ਸਦਾਇਨ ਕੋਈ ਨਾ ਦਿੱਸੇ ਬਾਰਾ। ਉਹ ਮੈਂ ਘੰਟਾ ਕੁ ਬੋਲਿਆ, ਮੈਂ ਦੇਖਿਆ ਵੀ ਇਹ ਕੁਛ ਮੇਰੀ ਗੱਲ ਸਮਝ ਗਏ। ਮੈਂ ਕਿਹਾ ਅੱਛਾ ਮੈਨੂੰ ਦੱਸੋ ਤੁਸੀਂ ਮੇਰੀ ਗੱਲ ਸਮਝਦੇ ਹੋ, ਜਿਹੜੇ ਸਮਝਦੇ ਹੋ ਬਾਹਰ ਖੜੀਆਂ ਕਰੋ। ਬੀਬੀਆਂ ਨੇ ਤਾਂ ਸਾਰੀਆਂ ਨੇ ਕਰਤੀਆਂ, ਦੋ ਦੋ ਭਾਈਆਂ ਨੇ 10 ਕੁ ਰਹਿ ਗਏ, ਉਹ ਦੂਜਿਆਂ ਨੂੰ ਕਹਿਣਾ ਹੇਠਾਂ ਕਰੋ ਹੇਠਾਂ। ਕਹਿੰਦੇ ਨਹੀਂ ਨਹੀਂ ਉਹ ਗੱਲ ਠੀਕ ਹੈ ਰਹੇ। ਮੈਂ ਕਿਹਾ ਦੇਖੋ ਐਂ ਨਹੀਂ ਗੱਲ ਨਿਬੜਨੀ ਆ, ਦੇਖ ਥੋੜ੍ਹੀ ਪਈ ਹੈ, ਉਹੀ ਬੂਟਾ ਸਿੰਘ ਆ ਕੇ ਤੁਹਾਨੂੰ ਵਰਤਾਉਣੀ ਆ, ਜੇ ਤਾਂ ਤਿਆਰ ਹੋ ਤਾਂ ਗੱਲ ਕਰੋ, ਨਹੀਂ ਚੁੱਪ ਕਰੋ। ਉਹ ਕਹਿੰਦੇ ਜੀ ਉਹ ਤਾਂ ਛਕਾਂਗੇ। ਮੈਂ ਕਿਹਾ ਉੱਥੇ ਬੈਠੇ ਨੇ 2 ਮੀਲ ਪਿੱਛੇ ਹਟ ਕੇ ਜੰਗਲ 'ਚ, 5-7 ਬੰਦੇ ਜਾਓ ਜਾ ਕੇ ਲੈ ਆਓ। ਜਦੋਂ ਉੱਥੇ ਗਏ ਉਹਨੇ ਕਹਿੰਦਾ ਵੀ ਕੁੱਟਣ ਵਾਲੇ ਆ ਗਏ ਸਨ। ਉਹ ਸਾਰੇ ਗਾਂ ਨੱਠਣ, ਕਹਿੰਦੇ ਰੁਕ ਜਾਓ ਰੁਕ ਜਾਓ, ਕਹਿੰਦੇ ਗੱਲ ਏ ਪਲਟਾ ਕਰ, ਗੱਲ ਉਹ ਨਹੀਂ ਰਹੀ। ਕਹਿੰਦੇ ਆਓ ਹੁਣ ਪ੍ਰਸ਼ਾਦ ਤੁਸੀਂ ਵੰਡਣਾ ਅਤੇ ਅਸੀਂ ਤੁਹਾਡੇ ਹੱਥਾਂ 'ਤੇ ਲੈ। ਉਹ ਪ੍ਰਸ਼ਾਦ ਉਹਨਾਂ ਨੇ ਵੰਡਿਆ, ਸਾਰਿਆਂ ਨੇ ਪ੍ਰਸ਼ਾਦ ਲੈ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ। ਉੱਥੇ ਉਹਨਾਂ ਨੇ ਰੈਜੂਲੇਸ਼ਨ ਕਰਤਾ ਵੀ ਇਹ ਜਿਹੜੇ 10-12 ਬੰਦੇ ਨੇ ਜਿਨ੍ਹਾਂ ਨੇ ਆਹ ਕੰਮ ਕਰਿਆ ਇਹਨਾਂ ਦਾ ਬਾਈਕਾਟ ਕਰ ਦਿਓ, ਇਹਨਾਂ ਦੇ ਖੇਤਾਂ ਨੂੰ ਪਾਣੀ ਨਾ ਲੰਘਣ ਦਿਓ, ਕੋਈ ਗੱਡਾ ਨਾ ਜਾਣ ਦਿਓ,
ਉਸੇ ਤਰ੍ਹਾਂ ਦੇ ਹਾਲ ਉਹਨਾਂ ਨੇ ਕਰਤਾ। 15 ਦਿਨਾਂ ਬਾਅਦ ਉਹ ਸਾਰੇ ਮਜਾਇਲ 'ਚ ਬੜੇ ਤਕੜੇ ਇਹਦੇ ਕਸੂਰ ਦੇ, ਮੰਨਦੇ ਨਹੀਂ ਹੁੰਦੇ ਉਹ ਗੱਲ। ਕਹਿੰਦੇ ਭਾਊ ਜੀ ਅਸੀਂ ਤਾਂ ਕਹਿੰਦੇ ਬਹੁਤ ਔਖੇ ਹੋ ਗਏ। ਮੈਂ ਕਿਉਂ? ਕਹਿੰਦੇ ਸਾਨੂੰ ਤਾਂ ਪਾਣੀ ਨਹੀਂ ਜਾਂਦਾ, ਕਹਿੰਦਾ ਗੱਡਾ ਨਹੀਂ, ਕੋਈ ਲੰਘਣ ਨਹੀਂ ਦਿੰਦਾ ਖੇਤਾਂ 'ਚ, ਸਾਡਾ ਬਾਈ ਘੱਟ ਕਰਦਾ। ਮੱਧ 'ਚ ਤਾਂ ਮੇਰਾ ਕਰਦੇ ਸੀ। ਕਹਿੰਦੇ ਫਿਰ ਕੋਈ ਇਲਾਜ? ਮੈਂ ਕਿਹਾ ਰਾਜ ਅੰਮ੍ਰਿਤ ਛਕੋ। ਉਹੀ ਭਾਈ ਬੂਟਾ ਸੋਹਣੀ, ਪੰਜ ਬਾਣੀਆਂ ਜਵਾਨੀ ਯਾਦ ਨੇ ਉਹਨਾਂ ਦੇ, ਅਸੀਂ ਪੰਜ ਪਿਆਰਿਆਂ 'ਚ ਉਹਨਾਂ ਨੂੰ ਲੈਣਾ। ਉਹ ਲੈ ਕੇ ਅੰਮ੍ਰਿਤ ਤੁਹਾਨੂੰ ਛਕਾਉਣਗੇ ਜੇ ਮਨਜ਼ੂਰ ਹੈ। ਕਹਿੰਦੇ ਜੀ ਹੁਣ ਤਾਂ ਕੁਛ ਕਰ, ਸਾਰੇ ਮਨਜ਼ੂਰ ਹੈ ਸਾਨੂੰ, ਜਾਂ ਤੁਸੀਂ ਤੋਂ ਸਾਨੂੰ ਕੁਛ ਨਹੀਂ ਹੋਇਆ, ਸਾਨੂੰ ਕੀ ਹੋਣਾ। ਐਸੀ ਐਸੇ ਵਰਨ ਜਾਤ ਦਾ ਗੁਰੂ ਸਾਹਿਬ ਵਾਲੇ ਅੰਦਾਜ਼ਾ ਲਓ 300 ਸਾਲ ਪਹਿਲਾਂ ਕਿਹਾ ਜਾ ਹੋਣਾ। ਜਦ ਗੁਰੂ ਮਹਾਰਾਜ ਅੰਮ੍ਰਿਤ ਛਕਾਉਣ ਲੱਗੇ ਉੱਥੇ ਰੌਲਾ ਪੈ ਗਿਆ। ਕਹਿੰਦੇ ਇਹਨੇ ਵਰਨ ਤਾਂ ਆਸ਼ਰਮ ਸਾਰੇ ਹੀ ਤੋੜ ਦਿੱਤੇ, ਸ਼ੂਦਰ ਵਿੱਚ ਰਲਾ ਦੇ। ਕਹਿੰਦੇ ਸ਼ੂਦਰ ਅੰਮ੍ਰਿਤ ਛਕਾ ਰਹੇ। ਸੋ ਐਸਾ ਇਨਕਲਾਬ ਮਹਾਰਾਜ ਜੀ ਨੇ ਲਿਆਂਦਾ ਨਾ, ਸਾਰਿਆਂ ਨੂੰ ਇੱਕ ਕਰ ਦਿੱਤਾ। ਐਵੇਂ ਨਹੀਂ ਹੁਣ ਦੁਨੀਆ ਮਨਾ ਰਹੀ, ਉਹ ਐਸਾ ਇਨਕਲਾਬ ਸੀ ਉਹਦਾ। ਤੁਸੀਂ ਹੁਣ ਦੇਖ ਲਓ, ਸਾਰੇ ਜਾਣਦੇ ਹੀ ਹੋ ਕਿੰਨਾ ਪਿਆਰ ਹੈ। ਕਿੱਧਰ ਗਈਆਂ ਉਹ ਛੋਟੀਆਂ ਜਾਤਾਂ, ਕਿੱਧਰ ਗਈਆਂ ਉਹ ਜਿਹੜੇ ਨਫ਼ਰਤ ਕਰਦੇ। ਮਹਾਰਾਜ ਨੇ ਕਿਹਾ ਪਿਆਰਿਓ, ਮੈਂ ਜਿਹੜਾ ਕਿਰਤ ਸ਼ੂਦਰ ਕਰਦਾ ਨਾ, ਇਹਦੀ ਮੈਂ ਪਹਿਲ ਦਿੰਦਾ। ਇਹਦੀ ਇਹਨਾਂ ਦੀ ਕਿਰਤ ਨੂੰ ਤੁਸੀਂ ਨਹੀਂ ਜਾਣਦੇ, ਸੇਵਾ ਕਰਾਉਂਦੇ ਹੋ। ਸੇਵਾ ਦਾ ਮਹਾਤਮ ਜਿਹੜਾ ਬਹੁਤ ਵੱਡਾ ਹੈ। ਦਰਗੇ ਮਿਲਦਾ ਥੋਂ ਜੇ ਵਿੱਚ ਦੁਨੀਆਂ ਸੇਵਾ ਕਰਨਾ ਸ਼ੂਦਰਾਂ ਦਾ ਕੰਮ ਹੁੰਦਾ ਸੀ। ਬੜੀਆਂ ਜਾਤੀਆਂ ਨਹੀਂ ਸੀ ਕਰਦੀਆਂ, ਉਹੀ ਬਰਤਨ ਮਾਂਜਦੇ ਸੀ, ਉਹੀ ਵਿਆਹ ਸ਼ਾਦੀਆਂ ਦੇ ਵਿੱਚ ਛੋਟੇ ਛੋਟੇ ਕੰਮ ਕਰਦੇ ਸੀ। ਗੁਰੂ ਮਹਾਰਾਜ ਨੇ ਕਿਹਾ ਤੁਸੀਂ ਕੀ ਮਾਹੌਲ ਬਣਾਇਆ, ਮਨੁੱਖ ਨੂੰ ਵੰਡ ਕੇ ਰੱਖਤਾ ਤੁਸੀਂ। ਸੋ ਇਸ ਤਰ੍ਹਾਂ ਸੇਵਾ ਨੂੰ ਉੱਚਾ ਕਰ ਦਿੱਤਾ। ਪੈਰਾਂ ਨੂੰ ਸਭ ਤੋਂ ਨੀਵਾਂ ਗਿਣਿਆ ਜਾਂਦਾ, ਪੈਰੀਂ ਪੈਣਾ ਜਗ ਵਰਤਾਇਆ। ਸੋ ਇਸ ਤਰ੍ਹਾਂ ਦੂਸਰਾ ਸੀ, ਕਿਰਤ ਨੂੰ ਮਾੜਾ ਗਿਣਦੇ ਸੀ। ਉਹ ਕਹਿੰਦੇ ਜਿਹਦੇ ਕੰਮ ਕਰਦੇ ਹੋਏ ਸਰੀਰ ਦੇ ਉੱਤੇ ਪਸੀਨੇ ਦੀ ਧਾਰ ਚੱਲ ਪਵੇ, ਉਹ ਸ਼ੂਦਰ ਹੈ, ਅਛੂਤ ਹੈ। ਅਤੇ ਹੁਣ ਪਸੀਨੇ ਦੀ ਧਾਰ ਤਾਂ ਹਰੇਕ ਬੰਦੇ ਦੇ ਸਿਰ 'ਤੇ ਸਰੀਰ 'ਤੇ ਚੱਲਦੀ ਹੈ, ਉਹਨੂੰ ਉਹ ਨੀਵੀਂ ਜਾਤ ਗਿਣਦੇ ਸੀ। ਮਹਾਰਾਜ ਨੇ ਕਿਹਾ ਪਿਆਰਿਓ, ਜਿਹਨੂੰ ਤੁਸੀਂ ਨੀਵੀਂ ਜਾਤ ਗਿਣਦੇ ਹੋ ਨਾ, ਇਹ ਨੀਵੇਂ ਨਹੀਂ ਹੈਗੇ, ਇਹ ਬਹੁਤ ਉੱਚੇ ਨੇ। ਕਾਲ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ।
ਜਿਹੜਾ ਘਾਲ ਮਿਹਨਤ ਕਰਕੇ ਕੰਮ ਕਰਦਾ ਹੈ ਉਹਨੂੰ ਰਸਤੇ ਰੱਬ ਦਾ ਰਾਹ ਮਿਲਦਾ, ਦੂਜੇ ਨੂੰ ਮਿਲਦਾ ਹੀ ਨਹੀਂ ਹੈ, ਵੰਡ ਸਕਣਾ। ਇਸੇ ਕਰਕੇ ਗੁਰੂ ਮਹਾਰਾਜ ਨੇ ਪ੍ਰਦਾਨ ਕਰ ਦਿੱਤਾ। ਫਿਰ ਉਹਨਾਂ ਨੂੰ ਛੱਤਰੀ ਦਾ ਕੰਮ ਸੀ, ਦੇਸ਼ ਦੀ ਰਾਖੀ ਕਰਨ, ਇਹਨੂੰ ਸ਼ਸਤਰਧਾਰੀ ਕਰਕੇ ਇੱਕ ਛੱਤਰੀ ਬਣਾ ਦਿੱਤਾ। ਬ੍ਰਾਹਮਣ ਦਾ ਕੰਮ ਸੀ ਵੇਦ ਪੜ੍ਹਨੇ, ਪੜ੍ਹਾਉਣੇ, ਜਗ ਕਰਨੇ, ਕਰਾਉਣੇ, ਦਾਨ ਦੇਣਾ, ਦਾਨ ਲੈਣਾ। ਸੋ ਉਹਦੇ ਬਾਰੇ ਮਹਾਰਾਜ ਫਰਮਾਨ ਕਰ ਰਹੇ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਵਿਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋਰ ਨਾ, ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖਮ ਮੈਂ ਜਾਣੈ, ਸੁਰ ਚੌ ਵਰਨਾ ਕੋ ਦੇਵ ਦੇਵ ਦੇਸ਼, ਨਾਨਕ ਉਸ ਪੰਡਿਤ ਕੋ ਉਦੇਸ਼। ਸੋ ਬ੍ਰਾਹਮਣ ਜੋ ਬਿੰਦੇ ਵਰਨ, ਜਬ ਤਬ ਸੰਜਮ ਕਮਾਵੇ ਧਰ, ਸੀਲ ਸੰਤੋਖ ਕਾ ਰੱਖੇ ਧਰਮ, ਬੰਧਨ ਤੋੜ ਹੋਵੇ ਮੂਰਤ, ਸੋਈ ਬ੍ਰਾਹਮਣ ਪੂਜਣ ਦੋ। ਮਹਾਰਾਜ ਨੇ ਉਸੇ ਨੂੰ ਬ੍ਰਾਹਮਣ ਬਣਾ ਦਿੱਤਾ। ਜਾਤ ਪਾਤ ਬਿਲਕੁਲ ਤੋੜਨ ਤੋਂ ਬਾਅਦ ਮਹਾਰਾਜ ਨੇ ਫਰਮਾਨ ਕੀਤਾ ਕਿ ਪਿਆਰਿਓ, ਮੜੀਆਂ ਮਸਾਣੀਆਂ ਗੁੱਗੇ ਕੋਈ ਪੀਰ ਪੈਗੰਬਰ ਕੋਈ ਨਹੀਂ ਮਰਨਾ, ਇੱਕ ਅਕਾਲ ਪੁਰਖ ਨੇ ਤੁਹਾਨੂੰ ਲੜ ਲਾ ਰਹੇ ਹਾਂ ਜਿਹੜਾ ਸਭ ਤੋਂ ਵੱਡਾ। ਸ਼ਿਵਜੀ ਦੇ ਲੜ ਨਹੀਂ ਅਸੀਂ ਲਾ ਰਹੇ, ਬਰਮਾ ਦੇ ਲੜ ਨਹੀਂ ਲਾ ਰਹੇ, ਕਿਸੇ ਹੋਰ ਦੇਵਤੇ ਦੇ ਲੜ ਨਹੀਂ ਲਾ ਰਹੇ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕੁੱਲ ਮਾਲਕ ਹੈ, ਕੁੱਲ ਹੈ, ਉਹਦੀ ਝੋਲੀ 'ਚ ਤੁਹਾਨੂੰ ਪਾ ਰਹੇ ਹਾਂ, ਤੁਸੀਂ ਉਹਦਾ ਨਾਮ ਜਪਣਾ। ਜਪੋ ਖਾਲਸਾ ਤੁਸੀਂ ਪਰਮੇਸ਼ੁਰ ਤੇ ਇਕੱਲਾ ਤੇ ਯਕੀਨ ਲਿਆਉਣਾ, ਬਾਕੀ ਕਿਸੇ ਚੀਜ਼ ਨੂੰ ਮੰਨਣਾ ਨਹੀਂ ਹੈ। ਤੁਹਾਨੂੰ ਸਭ ਤੋਂ ਬੜੇ ਦੇ ਲੜ ਲਾ ਦਿੱਤਾ,
ਦੂਸਰਾ ਇਹ ਹੈ ਕਿ ਪਿਛਲੇ ਵਰਨ ਜਾਤ ਦਾ ਧਿਆਨ ਨਹੀਂ ਰੱਖਣਾ, ਤੁਹਾਨੂੰ ਪਿਓਰ ਮਨੁੱਖ ਬਣਾ ਦਿੱਤਾ ਹੈ ਖਾਲਸਾ, ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਸੋ ਬ੍ਰਹਮ ਗਿਆਨੀ ਦੀ ਕਿੰਨੀ ਬੜੀ ਪਦਵੀ ਹੁੰਦੀ ਹੈ, ਦੇਵਤਿਆਂ ਤੋਂ ਵੱਡਾ ਹੁੰਦਾ, ਦੇਵਤੇ ਛੋਟੇ ਹੁੰਦੇ ਨੇ, ਬ੍ਰਹਮ ਗਿਆਨੀ ਵੱਡਾ, ਐਸਾ ਮਾਨਾ ਚਾਹੁੰਦਾ। ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਹਿਗੁਰੂ ਬਣਾ ਦਿੱਤਾ। ਹੁਣ ਵਾਹਿਗੁਰੂ ਬਣਾ ਕੇ ਉਹਨਾਂ ਨੇ ਨਾਲ ਇਹ ਗੱਲ ਕਹੀ, ਆਤਮ ਰਸ ਦੇ ਜਾਣੀ ਸੋਹ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਝਕ ਨੈ। ਹੁਣ ਇਹ ਜਿਹੜਾ ਖਾਲਸਾ ਹੈ ਇਹ ਆਪ ਵੀ ਤਰੂਗਾ ਅਤੇ ਸੰਸਾਰ ਨੂੰ ਤਾਰਨ ਦੀ ਇਹਦੇ ਵਿੱਚ ਸਮਰੱਥ ਹੈ। ਇਹਨੂੰ ਮੇਰਾ ਹੀ ਰੂਪ ਜਾਣਿਓ, ਕੁਛ ਹੋਰ ਕਰਕੇ ਨਾ ਜਾਣਿਓ। ਜਾਣੋ ਪਿਆਰਿਓ ਮੇਰਾ ਰੂਪ ਖਾਲਸੇ, ਜਾਣੋ ਪਿਆਰਿਓ ਮੇਰਾ ਰੂਪ ਖਾਲਸੇ, ਜਾਣੋ ਪਿਆਰਿਓ ਮੇਰਾ ਰੂਪ ਖਾਲਸੇ, ਜਾਣੋ ਪਿਆਰਿਓ ਮੇਰਾ ਰੂਪ ਸਨਮੁਖ ਹੋ ਕੇ ਇਹ ਬਚਨ ਕਹੇ, ਕਹਿੰਦੇ ਮਮ ਸਰੂਪ ਅਬ ਤੁਮ ਭਲੇ ਹੋ ਪਾਤ ਮੈਂ ਸਰੂਪ, ਜਿਹੜਾ ਤੁਹਾਡਾ ਸਰੂਪ ਹੈ ਨਾ। ਹੁਣ ਭਾਈ ਦਇਆ ਸਿੰਘ, ਭਾਈ ਤਰਨ ਸਿੰਘ, ਇਹ ਨਹੀਂ ਰਿਹਾ ਤੁਹਾਡਾ ਪੰਜਾਂ ਦਾ ਸਰੂਪ ਮੇਰਾ ਸਰੂਪ ਹੈ। ਇੱਥੇ ਮੈਂ ਗੱਲ ਦੱਸਦਾ ਸਾਧ ਸਿੰਘ ਜੀ, ਕੋਈ ਔਕੜ ਆ ਜਾਏ, ਕੋਈ ਕੰਮ ਨਾ ਬਣਦਾ ਹੋਵੇ, ਆਹ ਗੁਰੂ ਸਾਹਿਬ ਦਾ ਬਚਨ ਪੜ੍ਹ ਲਓ। ਪੰਜ ਕਰਨੀ ਕਮਾਈ ਵਾਲੇ ਸਿੰਘਾਂ ਦੇ ਨੂੰ ਲਿਜਾ ਕੇ ਸੇਵਾ ਕਰੋ, ਅਰਦਾਸ ਕਰਾਓ, ਤੁਹਾਡੇ ਕੰਮ ਬਣ ਜਾਣਗੇ। ਮੈਂ ਤਾਂ ਇਵੇਂ ਕਰਦਾ, ਪਰ ਹੁੰਦੇ ਮੈਂ ਹੈਰਾਨ ਹਾਂ ਵੀ ਉਹ ਗੁਰੂ ਕਿਵੇਂ ਹੋ ਜਾਂਦੇ ਨੇ, ਮੈਂ ਖੁਦ ਹੈਰਾਨ ਹਾਂ। ਹੁਣ ਦੇਖੋ ਇੱਥੇ ਨੰਬੜਦਾਰ ਸੀ ਮਹਿਰੌਲੀਆਂ ਦਾ ਰਾਮ ਸਿੰਘ,
ਕਹਿੰਦਾ ਜੀ ਮੈਂ ਪਤਾ ਕਹਿੰਦਾ ਦੇਖ ਕਰਕੇ ਜ਼ਮੀਨ 'ਚ ਬੋਰ ਕਰਾ ਲਏ, ਮੇਰੇ ਪਾਣੀਓ ਨਹੀਂ ਨਿਕਲਦਾ। ਮੈਂ ਕਿਹਾ ਫਿਰ ਤੇਰੇ ਪਾਣੀ ਹੁਣ ਕਿਵੇਂ ਆਈ ਜਾਂ ਨਿਕਲਦਾ ਹੀ ਨਹੀਂ। ਕਹਿੰਦਾ ਨਹੀਂ ਜੀ, ਬਸ ਚੰਗਾ ਤੂੰ ਐਂ ਕਰ ਪ੍ਰਸ਼ਾਦ ਬਣਾ ਲੈ, ਪੰਜ ਸਿੰਘ ਨਾਲ ਲੈ ਲੈ, ਸ਼ਰਧਾ ਇਹ ਧਾਰ ਵੀ ਮੇਰੇ ਨਾਲ ਗੁਰੂ ਸਾਹਿਬ ਜਾ ਰਹੇ ਨੇ, ਸਿਰ 'ਤੇ ਚੱਕ ਲੈ, ਜਾਂ ਤੇਰਾ ਖੇਤ ਆਵੇ ਤੂੰ ਜੁੱਤੀ ਲਾ ਦੀ, ਅੱਖਾਂ ਮੀਚਦੀ ਧਿਆਨ ਕਰ ਲਈ ਗੁਰੂ ਮਹਾਰਾਜ ਦਾ, ਪੰਜਾਂ ਸਿੰਘਾਂ ਵਿੱਚ ਜਿੱਥੇ ਜਾ ਕੇ ਤੇਰਾ ਆਵੇ ਨਾ ਖਿਆਲ ਵੀ ਅੱਖਾਂ ਖੋਲਦਾ ਉੱਥੇ ਖੋਲਦੀ ਉੱਥੇ ਪਾਣੀ ਆਏਗਾ। ਉਵੇਂ ਜੇ ਮੈਂ ਕਰ ਲਿਆ ਵਾ, ਇੱਕ ਗੱਲ ਦਾ ਧਿਆਨ ਰੱਖੀ ਬਗਾਨੇ ਖੇਤ 'ਚ ਨਾ ਵੜਦੀ ਜਾ ਕੇ, ਉਹ ਪੱਖਾਂ ਵਿੱਚੀਆਂ ਹੋਈਆਂ ਕੀ ਪਤਾ ਕਿੱਥੇ ਲੈ ਜਾਏ। ਮਹਾਰਾਜ ਦਾ ਪਾਣੀ ਦੱਸਣਾ, ਮੈਂ ਇਹਦੇ ਖੇਤ 'ਚੋਂ ਨਿਕਲੂ। ਥੋੜ੍ਹੇ ਦਿਨਾਂ ਬਾਅਦ ਆਇਆ, ਕਹਿੰਦਾ ਜੀ ਪਾਣੀ ਬਹੁਤ ਨਿਕਲਿਆ ਉੱਥੇ। ਉਹ ਸਟੇਟਾ ਕਿਵੇਂ ਬਦਲਤਾ, ਉਹ ਕੁਛ ਹੱਥ ਵਿੱਚ ਨਹੀਂ ਹੋਇਆ ਕਰਦਾ ਵੀ ਇਹ ਆਦਮੀ ਦੇ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਸਭ ਕੰਮ ਕਰਦੇ, ਇੱਕ ਨਹੀਂ ਹੈ ਬੋਏ ਅੰਤ ਕੰਮ ਪੰਜਾਂ ਸਿੰਘਾਂ ਤੋਂ ਆਉਂਦੇ। ਮਹਾਰਾਜ ਦਾ ਬਚਨ ਹੈ ਜਿੱਥੇ ਪੰਜ ਹੋਣਗੇ ਉਹਨਾਂ ਦੇ ਵਿੱਚ ਮੈਂ ਵਰਤੂੰਗਾ। ਜਦ ਸਵਾਲ ਕਰਿਆ ਸੀ ਗੁਰੂ ਸਾਹਿਬ 'ਤੇ ਜਦੋਂ ਜਾ ਰਹੇ ਸੀ ਵੀ ਸਾਡਾ ਕੰਮ ਕਿਵੇਂ ਹੋਊ ਮਹਾਰਾਜ, ਉਹ ਤਾਂ ਮੰਤਰਾਂ ਜੰਦਰਾਂ ਨਾਲ ਸਾਰ ਲੈਂਦੇ ਨੇ, ਅਸੀਂ ਕਿਵੇਂ ਸਾਰਾਂਗੇ। ਕਹਿੰਦੇ ਪੰਜ ਜਿਹੜੇ ਮੇਰੇ ਪਿਆਰੇ ਹੋਣ ਉਹਨਾਂ ਨੂੰ ਲੈ ਕੇ ਚਲੇ ਜਾਓ, ਉਹਨਾਂ 'ਚ ਮੈਂ ਵਰਤੂੰਗਾ, ਆਪ ਤੁਹਾਡੇ ਕੰਮ ਕਰਿਆ ਕਰੂੰਗਾ। ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ, ਮੈਂ ਤਸਕੇਰੀ, ਮੈਂ ਦੂਰ ਨਹੀਂ ਜਾਂਦਾ, ਤੁਹਾਡੇ ਵਿੱਚ ਵਰਤੂੰਗਾ, ਤੁਹਾਨੂੰ ਮੈਂ ਆਪਣਾ ਸਾਰਾ ਤੇਜ ਦਿੱਤਾ ਹੈ। ਦਿੱਤਾ ਖਾਲਸਾ ਤੈਨੂੰ ਤੇਜ ਆਪਣਾ, ਜਿੰਨਾ ਚਿਰ ਮੇਰੇ ਨਾਲ ਜੁੜਿਆ ਰਹੇਗਾ ਰਹਿਤਾ ਮਹਿਤਾਂ 'ਚ ਪੱਕਾ ਰਹੇਗਾ, ਮੈਂ ਆਪਣਾ ਤੇਜ ਇਹਨੂੰ ਟ੍ਰਾਂਸਫਰ ਕਰਤਾ। ਦੇਖ ਮੇਰਾ ਕੰਮ ਜਿਹੜਾ ਉਹ ਖਾਲਸੇ 'ਤੇ ਕਰਾਇਆ, ਪੰਜ ਸਿੰਘ ਜਿਹੜੇ ਹੋਣਗੇ ਉਹਨਾਂ ਦੀ ਅਰਦਾਸ, ਉਹਨਾਂ ਤੋਂ ਬਚਨ ਲਓ, ਉਹਨਾਂ ਤੋਂ ਕੰਮ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਮ ਸਰੂਪ ਅਬ ਤੁਮ ਭਲੇ ਹੋ, ਭਾ ਤੁਮੇ ਸਰੂਪ, ਤੁਹਾਡਾ ਜਿਹੜਾ ਸਰੂਪ ਹੈ ਹੁਣ ਮੇਰਾ ਸਰੂਪ ਬਣ ਗਿਆ। ਬ੍ਰਹਮ ਗਿਆਨ ਦਿਲ ਹਿਰਦੇ ਹੋਇਆ, ਬ੍ਰਹਮ ਗਿਆਨ ਬ੍ਰਹਮ ਗਿਆਨੀ ਬਣਾ ਦਿੱਤੇ।
ਦ੍ਰਿੜ ਕਰਾਤਾ ਵੀ ਪਰਮੇਸ਼ੁਰ ਤੋਂ ਬਿਨਾਂ ਇੱਥੇ ਹੋਰ ਕੋਈ ਨਹੀਂ ਹੈ। ਦ੍ਰਿੜ ਹੋਇਆ ਹੋਇਆ ਹੀ ਭਾਈ ਕਨ੍ਹਈਆ ਦੀ ਬਾਣੀ ਪਲਾਈ ਜਾਂਦੇ ਸਾਰਿਆਂ ਨੂੰ, ਦੂਜਾ ਨਹੀਂ ਸੀ ਦੇ। ਪਦ ਤਲੀਨ ਅਨੂਪ, ਤੁਸੀਂ ਬਹੁਤ ਉੱਚਾ ਪਦ ਉਪਮਾ ਤੋਂ ਰਹਿਤ ਪਦ ਹਾਸਲ ਕਰ ਲਿਆ। ਸਬਦ ਸਲਾਵਨ ਕਾਰਨੇ ਉੱਚੇ ਕੀਨ ਵਿਖਾਣ, ਸਾਰੀ ਸੰਗਤ ਨੂੰ ਸੁਣਾਉਣ ਵਾਸਤੇ ਉੱਚੀ ਬੋਲੇ ਗੁਰੂ ਸਾਹਿਬ। ਜਾਨੋ ਮੋਏ ਸਮਾਨ ਤਿੰਨ, ਉੱਚਾ ਬੋਲੇ, ਸਬਨ ਸਲਾਵਨ ਕਾਰਨੇ ਉੱਚੇ ਕੀਨ ਵਿਖਾਣ, ਰੱਖਿਓ ਸਿੱਖੀ ਬੀਜ ਜਗ ਅੰਗਦ ਗੁਰ ਸਮਾਨ। ਜਿਵੇਂ ਗੁਰੂ ਅੰਗਦ ਸਾਹਿਬ ਨੇ ਬੀਜ ਰੱਖਿਆ ਸੀ, ਇਸ ਤਰ੍ਹਾਂ ਸਿੱਖੀ ਦਾ ਬੀਜ ਇਹਨਾਂ ਪੰਜਾਂ ਨੇ ਜਗ ਦੇ ਵਿੱਚ ਰੱਖ ਲਿਆ। ਸਭ ਸੰਗਤ ਕੋ ਤਾਰਵੇ ਸਮਰਥ ਭੇ ਪੰਚ, ਇਹ ਸਾਰੀ ਸੰਗਤ ਨੂੰ ਤਾਰਨ ਦੇ ਸਮਰੱਥ ਨੇ। ਜਾਨੋ ਮੋਏ ਸਮਾਨ ਤਿੰਨ, ਭੇਦ ਰਹੋ ਨਾ ਰੰਚ। ਹੁਣ ਮੈਨੂੰ ਇਹ ਸਮਝੋ, ਇਹ ਮੈਂ ਹੀ ਹਾਂ, ਕੋਈ ਰੰਚ ਜਿੰਨਾ ਵੀ ਭੇਦ। ਹੁਣ ਇੱਥੇ ਇੱਕ ਤਰਕ ਆਉਂਦਾ ਬਈ ਹੁਣ ਤਾਂ ਉਹ ਜੇ ਰਹੇ ਨਹੀਂ ਸਿੱਖ, ਉਹ ਸਾਡਾ ਕਸੂਰ ਹੈ ਸਾਧ ਸੰਗਤ ਜੀ, ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਬੰਦਗੀ ਨਹੀਂ ਕਰਦੇ, ਸੁੱਚੇ ਨਹੀਂ ਰਹਿੰਦੇ, ਜੀਵਨ ਆਪਣਾ ਗਰਾਉਂਦੇ ਹਾਂ, ਲਾਲਚ ਚਾਹੁੰਦੇ ਹਾਂ, ਇਹਦਾ ਵੀ ਸਾਡਾ ਕਸੂਰ ਹੋਇਆ ਨਾ। ਗੁਰੂ ਤਾਂ ਬੇਮੁੱਖਾ ਸੀ, ਜਿਹੜੇ ਰੱਥੀ ਗੁਰੂ ਮਹਾਰਾਜ ਦੇ ਅਸੂਲਾਂ ਦੇ ਮੁਤਾਬਕ ਚੱਲਦੇ ਨੇ, ਜਿਹੜੇ ਦੂਜਾ ਨਹੀਂ ਦੇਖਦੇ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾਏ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ ਹੋਏ, ਉਹ ਤਾਂ ਗੁਰੂ ਦੇ ਸਮਾਨ ਨਹੀਂ ਹੁੰਦੇ ਨੇ, ਮਹਾਂਪੁਰਸ਼ ਜਿਹੜੇ ਹੁੰਦੇ ਨੇ ਟਾਵੇਂ ਟਾਵੇਂ ਰਹਿ ਗਏ। ਮਹਾਂਪੁਰਸ਼ ਵੀ ਸਾਰੇ ਨਹੀਂ ਹੈਗੇ, ਹੁਣ ਐਵੇਂ ਭਰੇਕੇ 'ਚ ਨਾ ਪੈ ਜਾਓ, ਕੋਈ ਟਾਵਾਂ ਟਾਵਾਂ ਕਿਤੇ ਕਿਤੇ। ਸੋ ਉਹ ਮਹਾਰਾਜ ਨੇ ਉਹਨਾਂ ਦੇ ਬਾਬਤ ਕਿਹਾ ਸੀ, ਕਿਉਂਕਿ ਕਰਨੀ ਕਮਾਈ ਦੇ ਵਿੱਚ ਪੂਰੇ ਨੇ। ਜਿਹੜਾ ਆਮ ਸਿੱਖ ਹੈ ਇਹ ਅੰਮ੍ਰਿਤ ਅਸੀਂ ਛਕਾਈ ਜਾਂਦੇ ਹਾਂ, ਉਸ ਸਟੈਂਡਰਡ 'ਤੇ ਨਹੀਂ ਆਉਂਦੇ ਹੈਗੇ ਜਿੱਥੇ ਲਿਆਉਣਾ ਚਾਹੁੰਦੇ ਹਾਂ। ਸੰਗਤ ਹੋਵੇ, ਤੱਤ ਵਚਨ ਸੁਣਨ, ਬਾਣੀ ਪੜ੍ਹਨ, ਬੰਦਗੀ ਕਰਨ, ਫਿਰ ਉੱਥੇ ਹੀ ਆ ਜਾਂਦੇ ਨੇ, ਉਹੀ ਗੱਲ ਹੋ ਜਾਂਦੀ ਹੈ ਜਿਹੜੀ ਗੁਰੂ ਸਾਹਿਬ ਨੇ ਕਹੀ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਉਪਦੇਸ਼ ਦੇ ਕੇ ਨਾਲ ਇਹ ਗੱਲ ਕਹੀ ਕਿ ਪਿਆਰਿਓ, ਜਿਹੜਾ ਤੁਸੀਂ ਦਾਨ ਦੇਣਾ ਨਾ, ਹੁਣ ਉਹਨਾਂ ਨੂੰ ਨਾ ਦੋ ਸਿਗਰਟ ਪੀਣ ਦਾ ਦਾਨ ਲਵੇ, ਕਹਿੰਦੇ ਉਹ ਦਾਨ ਦੇਣ ਵਾਲਾ ਹੀ ਗੁਨਾਹਗਾਰ ਹੋ ਜਾਂਦਾ। ਬਹੁਤ ਜ਼ਿਆਦਾ ਲਿਖੇ ਹੋਏ ਨੇ ਇਹਦੇ 'ਚ ਸਕੰਦ ਪੁਰਾਣ 'ਚ, ਵੀ ਦਾਨ ਦੇਣਾ ਤੁਸੀਂ ਖਾਲਸੇ ਨੂੰ ਦਾਨ ਦਿਓ। ਖਾਲਸਾ ਜਿਹੜਾ ਦਾਨ ਦਿੰਦਾ ਆਪਣੇ ਘਰ ਨੂੰ ਨਹੀਂ ਲਿਆਉਂਦਾ, ਇਹ ਮੈਂ ਤੁਹਾਨੂੰ ਦੱਸਦਾ, ਉਹ ਗੁਰੂ ਘਰ 'ਚ ਲਿਆਉਂਦਾ। ਗੁਰੂ ਘਰ 'ਚ ਲੰਗਰ ਚੱਲਦੇ ਨੇ, ਬਿਲਡਿੰਗਾਂ ਬਣਦੀਆਂ ਨੇ, ਸਕੂਲ ਚੱਲਦੇ ਨੇ, ਹਸਪਤਾਲ ਚੱਲਦੇ ਆ, ਉਹ ਦਾਨ ਦਿੱਤਾ ਹੋਇਆ ਸਫਲ ਹੈ। ਐਂ ਪੜ੍ਹ ਲਓ, I'm sorry.
Oh,
ਕਹਿਣ ਲੱਗੇ ਪਿਆਰੇ ਹੋ, ਸੇਵ ਕਰੀ ਨਹੀਂ ਕੀ ਪਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਨਹੀਂ ਕੋ ਭਰੋ, ਆਰਾਮ ਕੋ ਦਾਨ ਨਾ ਲਾਗਤ ਨਹੀਂ ਕੋ, ਆਗੇ ਫਲੇ ਨਹੀਂ ਕੋ ਦਿਓ ਜਗ ਮੈਂ ਜਸ ਔਰ ਦਿਓ ਸਾਫੀ, ਮੋਗ ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਤਨ ਹੈ ਸਭ ਹੀ ਨਹੀਂ ਸਰਬੰਧ ਦੇਤਾ ਗੁਰੂ ਦਸਮੇਸ਼ ਪਿਤਾ ਤਨ ਸਿਰ ਜਾਂ ਜੀ ਕਰਦਾ ਬਤ ਲਿਓ, ਇਨਹੀ ਕੇ ਯੁੱਧ ਜਿੱਤੇ ਇਨਹੀ ਕੇ ਪ੍ਰਸ਼ਾਦ, ਇਨਹੀ ਕੇ ਪ੍ਰਸ਼ਾਦ ਸੁਭ ਦਾਨ ਕਰੇ, ਅਗੋਗ ਟਰੇ ਇਨਹੀ ਕੇ ਪ੍ਰਸ਼ਾਦ, ਇਨਹੀ ਕੇ ਪ੍ਰਸ਼ਾਦ ਫੁਨ ਧਾਮ ਪਰ, ਇਨਹੀ ਕੇ ਪ੍ਰਸ਼ਾਦ ਸੋ ਵਿਦਿਆ ਲਈ, ਇਨਹੀ ਕਿਰਪਾ ਤੇ ਸ਼ਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮੇਂ ਨਹੀਂ ਮੋਸੋ ਗਰੀਬ ਕਰੋੜ ਪਰੇ। ਇੰਨਾ ਬੜਾ ਦਰਜਾ ਗੁਰੂ ਸਾਹਿਬ ਨੇ ਦਿੱਤਾ ਹੈ, ਇਹਨੂੰ ਸੰਭਾਲ ਲਓ, ਸਾਂਭਿਆ ਜਾਂਦਾ, ਗੁਰੂ ਦੀ ਸਿੱਖੀ ਧਾਰਨ ਕਰੋ, ਪੰਜ ਪਿਆਰਿਆਂ ਤੋਂ ਨਾਮ ਲਓ, ਨਾਮ ਲੈ ਕੇ ਉਹਦੀ ਕਮਾਈ ਕਰੋ, ਸਤਸੰਗ ਕਰੋ, ਤੁਹਾਡੇ ਉੱਤੇ ਗੁਰੂ ਮਹਾਰਾਜ ਦੀਆਂ ਸਦਾ ਹੀ ਬਰਕਤਾਂ ਬਣੀਆਂ ਰਹਿਣਗੀਆਂ, ਜੁੜੇ ਰਹੋਗੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ,